ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੋਤ ਸਿੰਘ ਬੋਲਿਆ ਐਡਮਿੰਟਨ ਤੋਂ। ਮੇਰੇ ਨਾਲ ਜੁੜੇ ਹੋਏ ਆ ਸੁਖਮਨ, ਜਿਹੜੇ ਅੰਮ੍ਰਿਤਸਰ ਤੋਂ ਆਏ ਹੋਏ ਆ, ਕੈਨੇਡਾ ਪਹੁੰਚੇ ਹੋਏ ਆ ਵੈਨਕੂਵਰ ਦੀ ਧਰਤੀ ਤੇ ਆਫਟਰ ਗੈਟਿੰਗ ਅ ਸਪਾਊਸ ਵੀਜ਼ਾ। ਸੁਖਮਨ ਜੀ, ਜੀ ਆਇਆਂ ਨੂੰ ਕੈਨੇਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਿਸ ਤਰ੍ਹਾਂ ਲੱਗ ਕੈਨੇਡਾ ਆ ਕੇ? ਥੈਂਕ ਯੂ ਸਰ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਡੀ ਵੀਡੀਓ ਵੇਖਣ ਵਾਲਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਸਰ, ਰਹੀ ਗੱਲ ਕੈਨੇਡਾ ਕਿਸ ਤਰ੍ਹਾਂ ਦਾ ਲੱਗਾ, ਮਤਲਬ ਇਹ ਤੇ ਹਜੇ ਬੜੀ ਜਲਦੀ ਹੋਊਗਾ ਕੋਈ ਵੀ ਕਮੈਂਟ ਕਰਨਾ, ਪਰ ਇੱਥੋਂ ਦਾ ਜਿਹੜਾ ਇਨਵਾਇਰਮੈਂਟ ਬਾਰੇ ਮੈਂ ਤੁਹਾਨੂੰ ਦੱਸ ਸਕਦਾ ਵੀ ਜਿਹੜੇ ਇੱਥੋਂ ਦੇ ਟ੍ਰੈਫਿਕ ਰੂਲਸ ਆ ਜਾਂ ਇਨਵਾਇਰਮੈਂਟ ਆ, ਉਹ ਇੰਡੀਆ ਦੇ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਆ। ਠੀਕ ਹੈ, ਠੀਕ ਹੈ, ਠੀਕ ਹੈ। ਚਲੋ, ਇਨਵਾਇਰਮੈਂਟ ਦੇ ਬਾਰੇ ਇੱਕ ਤੁਹਾਨੂੰ ਸਵਾਲ ਇਹ ਪੁੱਛਣਾ ਸੀ ਕਿ ਵੀ ਜਿਹੜਾ ਪੰਜਾਬ ਤੋਂ ਤੁਸੀਂ ਆਏ ਹੋ, ਲੋਕੀ ਕਹਿੰਦੇ ਉੱਥੇ ਕਿ ਪ੍ਰਦੂਸ਼ਿਤ ਹਵਾ ਹੈ ਜੀ, ਪਾਣੀ ਗੰਦਾ ਹੈ ਵਗੈਰਾ ਵਗੈਰਾ, ਇੱਥੇ ਤੁਹਾਨੂੰ ਹਵਾ ਦਾ ਲੱਗ ਰਿਹਾ ਕੁਛ ਰੁੱਖ, ਕੁਛ ਹਵਾ ਦੇ ਕੋਈ ਕੁਆਲਿਟੀ 'ਚ ਫਰਕ ਲੱਗ ਰਿਹਾ ਜਿਹੜਾ ਸਾਹ ਲੈ ਰਿਹਾ, ਜਿਹੜਾ ਫੇਫੜੇ ਵਿੱਚ ਕੁਛ ਤਾਜ਼ੀ ਹਵਾ ਆਈ ਹੈ? ਹਾਂ ਹਾਂਜੀ ਸਰ, ਹਾਂਜੀ, ਇਹ ਮਤਲਬ ਜਦੋਂ ਅਸੀਂ ਸਾਹ ਲੈਂਦੇ ਉਦੋਂ ਹੀ ਫੀਲ ਕਰਦੇ ਹਾਂ ਕਿ ਇੱਥੋਂ ਦੀ ਜਿਹੜੀ ਏਅਰ ਦੇ ਵਿੱਚ ਫਰੈਸ਼ਨੈਸ ਜਿਹੜੀ ਆ ਉਹ, ਜੇ ਆਪਾਂ ਕੰਪੇਅਰ ਕਰੀਏ ਇੰਡੀਆ ਦੇ ਨਾਲ, ਤੇ ਉਹ ਬਹੁਤ ਜ਼ਿਆਦਾ ਹੈ। ਕਿਹੜੇ ਸਵਾਲ ਤੁਹਾਨੂੰ ਪੁੱਛੇ ਗਏ ਇਮੀਗ੍ਰੇਸ਼ਨ ਪੱਖੋਂ, ਕੀ ਦੱਸ ਸਕਦੇ ਹੋ ਕੀ ਕਿੱਦਾਂ ਐਨਾਲਿਸਿਸ ਹੋਇਆ ਤੁਹਾਡਾ? ਸਰ, ਉਹਨਾਂ ਨੇ ਮਤਲਬ ਜਦੋਂ ਮੈਂ ਉੱਥੋਂ ਲੈਂਡ ਕੀਤਾ, ਮੈਂ ਐਂਟਰ ਕੀਤਾ ਏਅਰਪੋਰਟ ਦੇ ਅੰਦਰ, ਉੱਥੇ ਇੱਕ ਮਸ਼ੀਨ, ਇੱਥੇ ਤੁਹਾਨੂੰ ਇੱਕ ਫਾਰਮ ਫਿਲ ਕਰਨਾ ਪੈਣਾ, ਜਾਂ ਤਾਂ ਤੁਸੀਂ ਉਹ ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਏਟੀਐਮ ਟਾਈਪ ਹੁੰਦਾ ਨਾ, ਉਸ ਤਰ੍ਹਾਂ ਇੱਕ ਮਸ਼ੀਨ ਹੁੰਦੀ, ਜਾਂ ਤਾਂ ਤੁਸੀਂ ਆਪ ਖੁਦ ਉੱਥੇ ਕਰ ਸਕਦੇ, ਜਾਂ ਉੱਥੇ ਇੱਕ ਪਰਸਨ ਹੁੰਦਾ ਉਹ ਸਾਰਿਆਂ ਨੂੰ ਫਿਲ ਕਰ ਕਰਕੇ, ਇਹ ਉਹ ਤੁਹਾਡੀ ਆਪਸ਼ਨ ਹੁੰਦੀ, ਤੁਸੀਂ ਖੁਦ ਕਰਨਾ ਚਾਹੋ ਖੁਦ ਕਰ ਸਕਦੇ ਜਾਂ ਉਹਨਾਂ ਕੋਲ। ਮੈਂ ਉਹਦੇ ਉੱਪਰ ਮਸ਼ੀਨ ਦੇ ਉੱਪਰ ਹੀ, ਉਹਨੇ ਮੈਨੂੰ ਕੁਛ ਕੁਐਸਚਨਸ ਕੀਤੇ ਮਸ਼ੀਨ ਦੇ ਉੱਪਰ, ਲਿਖ ਕੇ ਹੀ ਆਉਂਦੇ ਸੀ ਸਕਰੀਨ ਦੇ ਉੱਪਰ, ਤੇ ਉਹ ਮੈਂ ਕਲਿੱਕ ਕਰਦਾ ਗਿਆ, ਆਪਣੇ ਜਿਹੜੇ ਆਨਸਰ ਸੀ ਮੈਂ ਉੱਥੇ ਟਿਕ ਕਰਦਾ ਗਿਆ, ਤੇ ਲਾਸਟ ਤੇ ਜਿਹੜੀ ਆ ਮੈਂ ਆਪਣਾ ਇੱਕ ਪਾਸਪੋਰਟ ਵੀ ਉਹਦੇ ਉੱਪਰ ਸਕੈਨ ਕੀਤਾ। ਉਸ ਤੋਂ ਬਾਅਦ ਚ ਮੈਨੂੰ ਇੱਕ ਸਲਿੱਪ ਮਿਲੀ, ਉਹ ਸਲਿੱਪ ਲੈ ਕੇ ਮੈਂ ਅੱਗੇ ਗਿਆ, ਉੱਥੇ ਇੱਕ ਕਾਊਂਟਰ ਬਣਿਆ ਸੀ, ਉੱਥੇ ਮੈਨੂੰ ਉੱਥੇ ਉਹਨੇ ਪਰਸਨ ਨੇ ਪੁੱਛਿਆ ਜਾਂਦਾ ਸੀ ਉੱਥੋਂ ਦਾ ਕਿ ਮਤਲਬ ਤੁਸੀਂ ਇੰਗਲਿਸ਼ ਬੋਲ ਸਕਦੇ, ਮੈਂ ਕਿਹਾ ਹਾਂ ਬੋਲ ਸਕਦੇ, ਉਹਨੇ ਮੈਨੂੰ ਇੱਕ ਵੱਖਰੇ ਕਾਊਂਟਰ ਤੇ ਭੇਜਤਾ, ਜਿਹੜੇ ਨਹੀਂ ਬੋਲ ਸਕਦੇ ਉਹਨਾਂ ਨੂੰ ਵੱਖਰੇ ਕਾਊਂਟਰ ਤੇ ਭੇਜਦੇ ਆ, ਮੈਨੂੰ ਉੱਥੇ ਭੇਜਿਆ, ਤੇ ਉੱਥੇ ਜਾ ਕੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਕੀ ਕੀ ਆ ਤੁਹਾਡੇ ਬੈਗ ਦੇ ਵਿੱਚ, ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਫੂਡ ਆ ਜੀ, ਉਹਨਾਂ ਨੇ ਪੁੱਛਿਆ ਕਿਸ ਤਰ੍ਹਾਂ ਦਾ ਫੂਡ ਆ, ਤੇ ਮੈਂ ਉਹਨਾਂ ਨੂੰ ਦੱਸਿਆ ਵੀ ਜਿਹੜਾ ਵੀਟ ਤੋਂ ਬਣਿਆ ਫੂਡ ਆ, ਉਹ ਉਹਨੂੰ ਪਤਾ ਨਹੀਂ ਲੱਗਾ ਗੋਰੇ ਨੂੰ ਵੀਟ ਕੀ ਹੁੰਦੀ ਆ, ਤੇ ਫਿਰ ਮੈਂ ਉਹਨੂੰ ਦਿਖਾਇਆ, ਕਹਿੰਦਾ ਬਈ ਆ, ਫਿਰ ਉਹ ਕਹਿੰਦਾ ਇਟਸ ਓਕੇ। ਉਹਨੇ ਫਿਰ ਦੋ ਤਿੰਨ ਕੁਐਸਚਨ ਕੀਤੇ ਮੈਨੂੰ, ਜਿਵੇਂ ਵੀ ਤੁਸੀਂ ਕਿਸ ਤਰ੍ਹਾਂ ਆਏ ਹੋ, ਕਿਸ ਬੇਸ ਤੇ ਆਏ, ਤੁਸੀਂ ਵਰਕ ਪਰਮਿਟ ਤੇ ਆਏ ਹੋ? ਮੈਂ ਕਿਹਾ ਹਾਂ। ਮੈਂ ਕਿਹਾ ਮੇਰਾ ਓਪਨ ਵਰਕ ਪਰਮਿਟ ਆ। ਕਹਿੰਦਾ ਮਤਲਬ ਉਹਨੇ ਵੇਖਿਆ, ਮੈਂ ਕਿਹਾ ਮੇਰੀ ਵਾਈਫ ਇੱਥੇ ਸਟੱਡੀ ਕਰਦੇ ਆ। ਕਹਿੰਦਾ ਠੀਕ ਆ, ਫਿਰ ਉਹਨੇ ਮਤਲਬ ਮੈਨੂੰ ਭੇਜਤਾ ਅੱਗੇ। ਉਸ ਤੋਂ ਬਾਅਦ ਚ ਮੈਂ ਸਰ ਗਿਆ ਉੱਥੇ, ਬੈਗ ਤੇ ਮੈਨੂੰ ਮਿਲਿਆ ਨੀ ਉੱਥੋਂ, ਚਲੋ ਉਹ ਤੁਹਾਨੂੰ ਸਾਰੀ ਗੱਲ ਦੱਸੀ। ਉਸ ਤੋਂ ਬਾਅਦ ਚ ਮੈਂ ਗਿਆ ਇਮੀਗ੍ਰੇਸ਼ਨ, ਉੱਥੋਂ ਉਹਨਾਂ ਮੈਨੂੰ ਫਾਰਮ ਫਿਲ ਕਰਵਾਇਆ ਕਿ ਤੁਹਾਡਾ ਜਿਹੜਾ ਬੈਗ ਆ ਉਹ ਦਿੱਲੀ ਰਹਿ ਗਿਆ, ਮਤਲਬ 150 ਬੈਗ ਜਿਹੜਾ ਸੀ ਸਾਡੀ ਫਲਾਈਟ ਦਾ ਉਹ ਦਿੱਲੀ ਰਹਿ ਗਿਆ ਸੀ। ਉਹ ਸਾਰਾ ਕੁਛ ਅਸੀਂ ਸਾਰਾ ਉੱਥੇ ਉਹਨਾਂ ਨੂੰ ਦੱਸਿਆ ਕਿ ਮਤਲਬ ਉਹਨਾਂ ਨੇ ਫਿਰ ਪੁੱਛਿਆ ਕਿ ਉਹਦੇ ਚ ਕਿਸ ਤਰ੍ਹਾਂ ਦਾ ਸਮਾਨ ਤੁਹਾਡੇ ਬੈਗ ਦੇ ਵਿੱਚ, ਅਲਕੋਹਲ ਤੇ ਨਹੀਂ ਆ, ਤਬੈਕੂ ਤੇ ਨਹੀਂ ਆ, ਜਾਂ ਕੋਈ ਗਿਫਟ ਆ ਤੇ ਉਹ $60 ਤੋਂ ਉੱਤੇ ਤੇ ਨਹੀਂ ਆ। ਉਹ ਸਾਰਾ ਕੁਛ ਉਹਨਾਂ ਨੂੰ ਮੈਂ ਦੱਸਿਆ ਕਿ ਨਹੀਂ ਮੇਰਾ ਕੋਈ ਇਸ ਤਰ੍ਹਾਂ ਦਾ ਨਹੀਂ ਆ। ਫਿਰ ਉਹਨਾਂ ਨੇ ਮੈਨੂੰ ਇੱਕ ਸਲਿੱਪ ਦੇ ਦਿੱਤੀ, ਉੱਤੇ ਇੱਕ ਨੰਬਰ ਲੱਗਾ ਸੀ, ਰੈਫਰੈਂਸ ਨੰਬਰ ਸੀ, ਜਿਸ ਤੋਂ ਤੁਸੀਂ ਟਰੈਕ ਕਰ ਸਕਦੇ ਆਪਣਾ ਕਿ ਤੁਹਾਡਾ ਬੈਗ ਕਿੱਥੇ ਹੈ ਇਸ ਟਾਈਮ। ਤੇ ਉਸ ਤੋਂ ਬਾਅਦ ਚ ਉਹਨਾਂ ਨੇ ਮੈਨੂੰ ਭੇਜ ਦਿੱਤਾ ਇਮੀਗ੍ਰੇਸ਼ਨ ਕਾਊਂਟਰ ਤੇ, ਮੈਂ ਆ ਗਿਆ ਉੱਥੇ। ਉਹਨਾਂ ਨੇ ਮੈਨੂੰ ਮਤਲਬ ਪੁੱਛਿਆ ਕਿ ਤੁਸੀਂ ਮਤਲਬ ਕਿਸ ਬੇਸ ਤੇ ਆਏ, ਮੈਂ ਸਾਰਾ ਕੁਛ ਉਹਨਾਂ ਨੂੰ ਦੱਸਿਆ। ਉਹਨਾਂ ਨੇ ਕਿਹਾ ਕਿ ਤੁਹਾਡੀ ਰਿਫਿਊਜ਼ਲ ਕੋਈ ਹੋਈ ਸੀ, ਮੈਂ ਕਿਹਾ ਹਾਂ, ਮੇਰੀ 2011 ਦੇ ਵਿੱਚ ਮੇਰੀ ਰਿਫਿਊਜ਼ਲ ਸੀ, ਤੇ ਮੈਂ ਅੰਬੈਸੀ ਗਿਆ ਸੀ, ਮੈਂ ਕਿਹਾ ਮੇਰੀ ਉੱਥੇ ਇੰਟਰਵਿਊ ਹੋਈ ਹੈ, ਮੈਂ ਸਾਰਾ ਕੁਛ ਉਹਨਾਂ ਨੂੰ ਉੱਥੇ ਦੱਸਿਆ ਵਾ। ਤੇ ਫਿਰ ਉਹਨਾਂ ਨੇ ਪੁੱਛਿਆ ਵੀ ਤੁਹਾਡੀ ਵਾਈਫ ਇੱਥੇ ਸਟੱਡੀ ਕਰਦੇ, ਮੈਂ ਕਿਹਾ ਹਾਂ, ਕਿਹੜੀ ਯੂਨੀਵਰਸਿਟੀ 'ਚ ਕਰਦੇ ਆ, ਮੈਂ ਇਹਨਾਂ ਨੂੰ ਦੱਸਿਆ। ਬਾਅਦ 'ਚ ਉਹਨਾਂ ਨੇ ਨਾਲ ਹੀ ਮਤਲਬ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਉਹ ਪ੍ਰਿੰਟ ਕਰ ਰਹੇ ਹਾਂ, ਤੇ ਫਿਰ ਉੱਥੇ ਹੀ ਉਹਨਾਂ ਨੇ ਮੈਨੂੰ ਪਰਮਿਟ ਦੇ ਦਿੱਤਾ, ਉਸ ਤੋਂ ਬਾਅਦ 'ਚ ਮੈਂ ਬਾਹਰ ਆ ਗਿਆ। ਵਾਹ ਵਾਹ, ਅੱਛਾ, ਕਾਫੀ ਮੇਰੇ ਖਿਆਲ ਪ੍ਰੋਫੈਸ਼ਨਲ ਇੱਕ ਐਕਸਪੋਜ਼ਰ ਮਿਲਿਆ ਹੈ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦਾ, ਕਿੱਦਾਂ ਸਕਰੂਟਨੀ ਕਰਦੇ ਹੈ, ਕਿੱਦਾਂ ਐਨਾਲਿਸਿਸ ਕਰਦੇ ਹੈ। ਇਸੇ ਜਿਹੜੇ ਇੰਟਰਵਿਊ ਦੇ ਸੰਬੰਧਿਤ ਤੁਹਾਨੂੰ ਮੈਂ ਇੱਕ ਇਨਫੋਰਮੇਸ਼ਨ ਮੈਂ ਕਈ ਵਾਰ ਸ਼ੇਅਰ ਕਰ ਚੁੱਕਿਆ, ਇੱਕ ਵੀਡੀਓ ਪਿਛਲੇ ਸਾਲ ਜਾਂ 2 ਸਾਲ ਪਹਿਲਾਂ ਇੱਕ ਆਮ ਆਦਮੀ ਪਾਰਟੀ ਤੋਂ 2 MLA ਆਏ ਹੋਏ ਸੀ ਇੱਥੇ ਇਸੇ ਏਅਰਪੋਰਟ ਤੇ, ਤੁਸੀਂ ਖਬਰ ਪੜ੍ਹੀ ਹੈ, ਤੁਹਾਨੂੰ ਮੈਂ ਦੱਸਿਆ ਵੀ ਆਮ ਆਦਮੀ ਪਾਰਟੀ ਦੇ MLA ਨੂੰ ਇੱਥੇ ਇਹਨਾਂ ਨੇ ਇੰਟਰਵਿਊ ਕੀਤਾ, ਜਿੱਦਾਂ ਤੁਹਾਨੂੰ ਲੈ ਕੇ ਇੰਟਰਵਿਊ ਕਰਦੇ ਆ ਜਿਸ ਤਰ੍ਹਾਂ ਪੁੱਛਿਆ ਸਾਰਾ, ਉਹਨਾਂ ਨੇ ਵੀ ਸਕਰੂਟਨੀ ਕੀਤੀ ਕਿ ਵੀ ਤੁਸੀਂ ਕਿੱਦਾਂ ਆਏ ਕਿੱਦਾਂ, ਉਹ ਸੈਟਿਸਫਾਈ ਨਹੀਂ ਕਰ ਸਕੇ ਇਮੀਗ੍ਰੇਸ਼ਨ ਆਫਿਸਰ ਨੂੰ ਜਿੱਦਾਂ ਤੁਸੀਂ ਤੁਹਾਡੇ ਨਾਲ ਹੋਇਆ, ਤੇ ਪਰ ਤੁਸੀਂ ਤੇ ਹੁਣ ਸੈਟਿਸਫਾਈ ਹੋ ਕੇ ਨਿਕਲ ਗਏ ਬਾਹਰ, ਪਰ ਉਹ ਸੈਟਿਸਫਾਈ ਨਹੀਂ ਕਰ ਸਕੇ ਤੇ ਉਹਨਾਂ ਨੂੰ ਇੱਥੋਂ ਹੀ ਵਾਪਸ ਮੋੜਤਾ ਗਿਆ।
ਕਈ ਵਾਰ ਮੈਨੂੰ ਲੋਕ ਪੁੱਛਦੇ ਆ ਕਿ ਵੀ ਸਾਨੂੰ ਤੇ ਵੀਜ਼ਾ ਮਿਲ ਗਿਆ, ਪੰਜਾਬ ਦੇ ਸਪੈਸ਼ਲੀ ਲੋਕ ਜਿਹੜੇ ਏਜੰਟ ਵਗੈਰਾ ਕਹਿੰਦੇ ਜੀ ਵੀਜ਼ਾ ਤੁਹਾਨੂੰ ਦੇ ਦਿੰਦੇ ਜੀ 15 ਲੱਖ 20 ਲੱਖ, ਵੀਜ਼ਾ ਦਿਵਾਉਣਾ ਸਾਡਾ ਕੰਮ ਹੈ, ਉਹਦੇ ਬਾਅਦ ਜੋ ਕਰਨਾ ਕਰੋ, ਵੀ ਡੋਂਟ ਕੇਅਰ। ਦੇਖੋ ਵੀਜ਼ਾ ਮਿਲਣਾ ਵੀ ਇਹ ਕੋਈ ਗਾਰੰਟੀ ਨਹੀਂ ਹੈ ਕਿ ਤੁਸੀਂ ਏਅਰਪੋਰਟ ਤੋਂ ਪਾਰ ਕਰਕੇ ਅੰਦਰ ਤੱਕ ਦਾਖਲ ਹੋ ਜਾਓਗੇ, ਲੇਕਿਨ ਕਈ ਵਾਰ ਲੋਕਾਂ ਨੂੰ ਲੱਗਦਾ ਹੈ ਕਿ ਬਈ ਵੀਜ਼ਾ ਮਿਲ ਗਿਆ ਬਸ ਹੁਣ ਕਿਲ੍ਹਾ ਫਤਿਹ ਹੋ ਗਿਆ ਬਸ ਹੋ ਗਿਆ, ਲੇਕਿਨ ਇਟ ਇਜ਼ ਨਾਟ ਥਰੂ। ਇਹ ਜਿਹੜਾ ਲਾਸਟ ਸਕਰੂਟਨੀ ਹੈ ਜਿਹੜੀ ਇਮੀਗ੍ਰੇਸ਼ਨ ਦੀ ਐਟ ਦ ਏਅਰਪੋਰਟ, ਦਿਸ ਇਜ਼ ਦ ਫਾਈਨਲ। ਤੁਹਾਨੂੰ ਉਹਨਾਂ ਨੇ ਏਅਰਪੋਰਟ ਤੇ ਫਿਰ ਵਰਕ ਪਰਮਿਟ ਦਿੱਤਾ, ਉਹਦੇ ਬਾਅਦ ਤੁਸੀਂ ਫਿਰ ਬਾਹਰ ਨਿਕਲੇ। ਬਾਹਰ ਤੁਹਾਨੂੰ ਕੈਨੇਡਾ ਦਾ ਕਿੱਦਾਂ ਮਾਹੌਲ ਲੱਗਿਆ, ਕਿੱਦਾਂ ਜਦ ਬਾਹਰ ਨਿਕਲੇ? ਸਰ ਇੱਥੇ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸਣਾ ਚਾਹੂੰ ਕਿ ਉਹ ਜਿਹੜਾ ਤੁਹਾਡਾ ਇਹ ਸਭ ਤੋਂ ਮੇਨ ਜ਼ਰੂਰੀ ਜਿਹੜੀ ਉਹ ਗੱਲ ਦੇਖਦੇ ਆ ਉਹ ਤੁਹਾਡਾ ਪਰਪਸ ਆਫ ਵਿਜ਼ਿਟ ਦੇਖਦੇ ਆ ਕਿ ਤੁਹਾਡੇ ਕੋਲ ਕੋਈ ਪਰਪਸ ਹੈਗਾ ਕਿ ਤੁਸੀਂ ਵੈਸੇ ਹੀ ਆ ਗਏ ਹੋ ਕੈਨੇਡਾ ਦੇ ਵਿੱਚ। ਮਤਲਬ ਜਿਵੇਂ ਮੇਰੇ ਕੋਲ ਪਰਪਸ ਸੀ ਕਿ ਮੇਰੀ ਵਾਈਫ ਇੱਥੇ ਆ ਤੇ ਮੈਂ ਉਹਨਾਂ ਦੇ ਕੋਲ ਆਇਆ ਵਾਂ। ਜੇ ਟੂਰਿਸਟ ਆਉਂਦਾ ਆ ਕੋਈ ਤੇ ਵਿਜ਼ਿਟਰ ਆਉਂਦਾ ਉਹਨੂੰ ਵੀ ਪੁੱਛਦੇ ਕਿ ਤੁਸੀਂ ਮਤਲਬ ਸੈਰ ਕਰਨ ਤੇ ਨਹੀਂ ਆਏ, ਕੋਈ ਤੁਹਾਡੇ ਕੋਲ ਹੋਏਗਾ ਇੱਥੇ ਕੋਈ ਫੰਕਸ਼ਨ ਹੋਏਗਾ ਕੁਛ ਇਸ ਤਰ੍ਹਾਂ ਦਾ, ਉਹ ਸਾਰਾ ਕੁਛ ਮਤਲਬ ਬੜੇ ਕੁਐਸਚਨ ਕਰਦੇ ਆ। ਇਹ ਉਹਦੇ ਉੱਤੇ ਡਿਪੈਂਡ ਹੁੰਦਾ ਜਿਹੜਾ ਅੱਗੇ ਆਫਿਸਰ ਹੁੰਦਾ ਕਿ ਉਹ ਸਟਾਰਟਿੰਗ ਦੇ ਵਿੱਚ ਹੀ ਤੁਹਾਡੇ ਤੋਂ ਸੈਟੀਸਫਾਈ ਹੋ ਜਾਂਦਾ ਜਾਂ ਉਹ ਫਿਰ ਤੁਹਾਨੂੰ ਜ਼ਿਆਦਾ ਕੁਐਸਚਨ ਕਰਦਾ। ਮਤਲਬ ਤੁਹਾਡੇ ਕੋਲ ਪਰਪਸ ਜ਼ਰੂਰ ਹੋਣਾ ਚਾਹੀਦਾ ਕੋਈ ਨਾ ਕੋਈ, ਤੁਸੀਂ ਐਵੇਂ ਨਹੀਂ ਕਹਿ ਸਕਦੇ। ਜਿਹੜੇ ਉਹ MLA ਆਏ ਸੀ ਉਹਨਾਂ ਦਾ ਵੀ ਇਹ ਸੀ ਕਿ ਉਹ ਦੱਸ ਨਹੀਂ ਸੀ ਸਕੇ, ਕੋਈ ਕਹਿੰਦਾ ਸੀ ਮੈਂ ਆਪਣੀ ਭੈਣ ਦੇ ਕੋਲ ਜਾਣਾ, ਕੋਈ ਇਸ ਤਰ੍ਹਾਂ ਕਹਿੰਦਾ ਸੀ, ਉਹ ਆਪਣਾ ਪਰਪਸ ਨਹੀਂ ਸੀ ਦੱਸ ਸਕੇ ਕਿ ਅਸੀਂ ਐਗਜੈਕਟਲੀ ਆਏ ਕਿਉਂ ਆ। That's right. ਇੱਕ ਮੈਨੂੰ ਕੇਸ ਯਾਦ ਆ ਰਿਹਾ, ਐਕਚੁਅਲੀ ਮੈਨੂੰ ਇੱਕ ਕੋਈ ਕਾਲ ਕਰ ਰਹੇ ਸੀ ਕਲਾਇੰਟ, ਜਿਹੜੇ ਮੈਨੂੰ ਮਤਲਬ ਇਸ ਗੱਲ ਤੇ ਆਰਗਿਊ ਕਰ ਰਹੇ ਸੀ ਜੀ ਨਹੀਂ ਜੀ ਮੇਰੇ ਕੋਲ ਤੇ 10 ਸਾਲ ਦਾ ਵੀਜ਼ਾ ਹੈ ਜੀ, 10 ਸਾਲ ਦਾ ਵੀਜ਼ਾ ਹੈ ਜੀ ਮੇਰੇ ਕੋਲ ਤੇ, ਮੈਨੂੰ ਕਿੱਦਾਂ ਕੋਈ ਰੋਕ ਲੇਗਾ? ਤੇ ਉਹਨਾਂ ਨੂੰ ਮੈਨੂੰ ਪਤਾ ਲੱਗਿਆ ਕਿ ਵੀ ਉਹ ਪਿਛਲੇ 6 ਮਹੀਨੇ ਰਹਿ ਕੇ ਗਏ ਤੇ ਇੰਡੀਆ ਜਾ ਕੇ 1 ਹਫ਼ਤੇ ਬਾਅਦ ਫਿਰ ਚੜ ਕੇ ਫਿਰ ਫਲਾਈਟ ਲੇਕਰ ਆ ਗਏ। ਮਤਲਬ ਤੇ 10 ਸਾਲ ਦਾ ਲੱਗਿਆ ਤੇ ਹੈ ਵੀਜ਼ਾ, ਠੀਕ ਹੈ, ਦੱਸ ਓਕੇ ਮਲਟੀਪਲ ਐਂਟਰੀ ਵੀਜ਼ਾ, ਯੂ ਕੈਨ ਕਮ ਐਨੀ ਟਾਈਮ, ਪਰ ਤੁਸੀਂ ਅਗਰ 1 ਹਫ਼ਤਾ ਰਹਿ ਕੇ ਫਿਰ ਤੁਸੀਂ ਫਲਾਈਟ ਚੜ ਕੇ ਆ ਗਏ ਤੇ ਵੀਜ਼ਾ ਆਫ ਜਿਹੜੇ ਇਮੀਗ੍ਰੇਸ਼ਨ ਆਫਿਸਰ ਏਅਰਪੋਰਟ ਵਾਲੇ, ਉਹਨਾਂ ਨੂੰ ਸ਼ੱਕ ਹੁੰਦਾ ਕਿ ਵੀ ਤੁਸੀਂ ਹੁਣ ਟੂਰਿਸਟ ਹੋ, 6 ਮਹੀਨਾ ਪਹਿਲਾਂ ਤੁਸੀਂ ਲਾ ਕੇ ਗਏ ਹੋ, 1 ਹਫ਼ਤੇ ਬਾਅਦ ਫਿਰ ਮੁੜ ਕੇ ਆ ਗਏ ਹੋ। ਨਾਓ ਵੀ ਆਰ ਕੁਐਸਚਨਿੰਗ ਕਿ ਬਈ ਤੁਹਾਡਾ ਪਰਪਸ ਵਾਕਈ ਟੂਰਿਜ਼ਮ ਹੈ ਕਿ ਕੁਛ ਹੋਰ ਹੈ? ਇੱਥੇ ਪਰਪਸ ਦਾ ਹੁਣ ਕਲੀਅਰ ਹੋ ਜਾਂਦਾ ਸਾਫ਼ ਤੇ, ਆਫਕੋਰਸ ਪਰਪਸ ਇਜ਼ ਦੀ ਮੋਸਟ ਇੰਪੋਰਟੈਂਟ ਥਿੰਗ ਇਨ ਏਅਰਪੋਰਟ ਕਲੀਅਰੈਂਸ। ਚਲੋ ਐਨੀਵੇ, ਏਅਰਪੋਰਟ ਤੇ ਬਟ ਜਦ ਬਾਹਰ ਆਏ ਟਿਮ ਹੋਟਲਸ ਦੇਖਿਆ ਤੁਸੀਂ, ਹੋਰ ਕੋਈ ਫਲਾਨਾ ਆਟਰ ਪਟਰ ਖਾਣ ਪੀਣ ਦਾ ਸਮਾਨ ਦੇਖਿਆ, ਕੈਨੇਡਾ ਦਾ ਜਿਹੜਾ ਵੈਨਕੂਵਰ ਦਾ ਜਿਹੜਾ ਦ੍ਰਿਸ਼ ਦੇਖਿਆ ਉਹਦੇ ਬਾਰੇ ਦੱਸੋ ਜਰਾ, ਕਿਸ ਤਰ੍ਹਾਂ ਤੁਹਾਡੇ ਮਨ 'ਚ ਕਿਸ ਤਰ੍ਹਾਂ ਲੱਗਿਆ? ਨਹੀਂ ਸਰ, ਮਤਲਬ ਜੋ ਵੀ ਸੋਚਿਆ ਸੀ ਜਿਸ ਤਰ੍ਹਾਂ ਦਾ ਸ਼ਹਿਰ ਹੋਏਗਾ ਸਿਟੀ ਹੋਏਗਾ ਉਸ ਤੋਂ ਮਤਲਬ ਬਹੁਤ ਜ਼ਿਆਦਾ ਸੋਹਣਾ ਸੀ। ਇੱਥੇ ਇੱਕ ਚੀਜ਼ ਦਾ ਕਿ ਸ਼ਹਿਰ ਦੇ ਵਿੱਚ ਜਿਵੇਂ ਆਪਣੇ ਆ ਕਿ ਆਪਣੇ ਹੁੰਦਾ ਬਿਲਡਿੰਗਸ ਬਣਾ ਦਿਓ, ਕੋਈ ਰੁੱਖ ਰਵੇ ਜਾਂ ਨਾ ਰਵੇ ਸ਼ਹਿਰ ਦੇ ਵਿੱਚ, ਇੱਥੇ ਜਿਹੜਾ ਇੱਥੇ ਮਤਲਬ ਬਹੁਤ ਸਾਰੇ ਰੁੱਖ ਆ, ਜਿਸ ਤਰ੍ਹਾਂ ਇੱਕ ਮਤਲਬ ਓਨੇ ਇਨਸਾਨ ਨਹੀਂ ਹੋਣਗੇ ਜਿੰਨੇ ਜ਼ਿਆਦਾ ਰੁੱਖ ਆ ਸ਼ਹਿਰ ਦੇ ਵਿੱਚ ਵੀ। ਇਸ ਤਰ੍ਹਾਂ ਦਾ ਇੱਥੇ ਮਾਹੌਲ, ਮਤਲਬ ਸਭ ਕੁਛ ਵਧੀਆ ਲੱਗਾ ਸੀ। ਹਾਂ, ਇਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਬਹੁਤ ਵਧੀਆ ਹੈ, ਹੁਣ ਹੋਰ ਕਾਫੀ ਇਹਨਾਂ ਨੇ ਮਤਲਬ ਬਿਲਡਿੰਗਸ ਬਣਾਉਣੀਆਂ ਵੀ ਹੋਰ ਸ਼ੁਰੂ ਕੀਤੀਆਂ, ਨਵੇਂ ਪ੍ਰੋਜੈਕਟ ਜਿਹੜੇ ਚੱਲ ਰਹੇ, ਕਿਉਂਕਿ ਜਦੋਂ ਮੈਂ ਰਸਤੇ 'ਚ ਆ ਰਿਹਾ ਸੀ ਮੈਂ ਸਾਰਾ ਕੁਛ ਦੇਖ ਰਿਹਾ ਸੀ। ਤੁਸੀਂ ਤੁਸੀਂ ਅੰਮ੍ਰਿਤਸਰ ਤੋਂ ਆਏ ਹੋ, ਤੁਹਾਡਾ ਕੰਮ ਹੈ ਉੱਥੇ ਫਾਰਮਿੰਗ, ਖੇਤੀ ਕਰਦੇ ਸੀ, ਤੁਹਾਡੇ ਕੋਲ ਨੌਲੇਜ ਹੈ ਔਰਗੈਨਿਕ ਫਾਰਮਿੰਗ ਦੀ, ਪੈਸਟੀਸਾਈਡ ਰਹਿਤ ਜਿਹੜਾ ਤੁਸੀਂ ਪ੍ਰੋਡਿਊਸ ਦੇ ਬਾਰੇ ਗੱਲਬਾਤ ਕਰਦੇ ਹੋ, ਇੱਥੇ ਆ ਕੇ ਤੁਹਾਨੂੰ ਲੱਗਿਆ ਕਿ ਵੀ ਇੱਥੇ ਪਿਓਰਿਟੀ ਹੈ ਹਰ ਚੀਜ਼ ਦੀ, ਖਾਣ ਪੀਣ ਦੀ ਕੋਈ ਬਾਕੀ ਜਿਹੜੇ ਕੈਮੀਕਲ ਪੋਇਜ਼ਨਿੰਗ ਵਗੈਰਾ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਤੁਹਾਨੂੰ ਨਜ਼ਰ ਆਈ ਜਿਹੜਾ ਇੱਕ ਤੁਹਾਡੇ ਜੇ ਹੋਏ ਵਤੀਤ ਹੋ ਗਏ ਜਿਹੜਾ ਖਾਣ ਪੀਣ ਵਿੱਚ? ਸਰ ਇਹ ਉਹ ਤੇ ਮੈਂ ਮਤਲਬ ਜਿਹੜਾ ਆਪਾਂ ਪੋਇਜ਼ਨਿੰਗ ਦੀ ਗੱਲ ਕਰੀਏ ਤੇ ਆਪਾਂ ਤੁਹਾਨੂੰ ਪਤਾ ਆਪਾਂ ਉੱਪਰੋਂ ਦੇਖ ਕੇ ਤੇ ਕਿਸੇ ਚੀਜ਼ ਨੂੰ ਦੱਸ ਹੀ ਨਹੀਂ ਸਕਦੇ ਕਿ ਉਹਦੇ ਉੱਪਰ ਕਿਹੜਾ ਕੈਮੀਕਲ ਯੂਜ਼ ਕੀਤਾ ਗਿਆ ਜਾਂ। ਹਾਂ, ਪਰ ਜਿਵੇਂ ਇੱਥੋਂ ਦੇ ਜਿਹੜੇ ਫਲ ਫਰੂਟਸ ਆ ਜਿਵੇਂ ਆਪਾਂ ਇੰਡੀਆ ਦੇ ਵਿੱਚ ਯੂਜ਼ ਕਰਦੇ ਹੋ, ਅੱਧੇ ਪੱਕੇ ਹੁੰਦੇ ਆ ਅੱਧੇ ਕੱਚੇ ਹੁੰਦੇ ਆ ਜਿਹੜੇ ਜਿਹੜੇ ਦੁਕਾਨਾਂ ਤੇ ਪਏ ਹੁੰਦੇ। ਇੱਥੇ ਜਿਹੜੇ ਤੁਹਾਨੂੰ ਫਰੂਟਸ ਮਿਲਣਗੇ ਉਹ ਪ੍ਰੋਪਰਲੀ ਪੂਰੇ ਪੱਕੇ ਹੋਣਗੇ, ਉਹਨਾਂ ਦਾ ਜਿਹੜਾ ਕਲਰ ਹੋਵੇਗਾ ਉਹ ਵੀ ਮਤਲਬ ਕਿ ਜਿਹੜਾ ਉਹਦਾ ਇਹ ਦੱਸਦਾ ਹੋਏਗਾ ਤੁਹਾਨੂੰ ਕਿ ਮਤਲਬ ਇਹ ਪੂਰਾ ਜਿਹੜਾ ਫਲ ਹੈ ਨਾ ਉਹ ਪੱਕ ਚੁੱਕਿਆ ਹੈ, ਉਹ ਇੰਡੀਆ ਵਾਲਾ ਨਹੀਂ ਸਾਬ। ਸਰ ਫਾਰਮਿੰਗ ਤੋਂ ਮੈਂ ਤੁਹਾਨੂੰ ਇੱਕ ਕੁਐਸਚਨ ਮੈਨੂੰ ਯਾਦ ਆ ਗਿਆ, ਮੈਂ ਪੁੱਛਣਾ ਸੀ। ਮੈਨੂੰ ਨਾ ਏਅਰਪੋਰਟ ਤੇ ਇਹ ਜਦੋਂ ਮੈਂ ਮਸ਼ੀਨ ਦੇ ਉੱਪਰ ਵੀ ਕਲਿੱਕ ਕੀਤਾ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਤੁਸੀਂ ਕਿਸੇ ਫਾਰਮ ਤੇ ਜਾਓਗੇ, ਤੇ ਫਿਰ ਮੈਨੂੰ ਉਹਨਾਂ ਨੇ ਵੀ ਪੁੱਛਿਆ ਜਦੋਂ ਮੈਂ ਨੈਕਸਟ ਕਾਊਂਟਰ ਤੇ ਗਿਆ ਉਹਨਾਂ ਵੀ ਮੈਨੂੰ ਪੁੱਛਿਆ ਕਿ ਤੁਸੀਂ ਕਿਸੇ ਫਾਰਮ ਤੇ ਜਾਓਗੇ। ਮੈਂ ਕਿਹਾ ਮੈਂ ਅਜੇ ਤੱਕ ਕੁਝ ਨਹੀਂ ਸੋਚਿਆ ਕਿ ਮੈਂ ਇਹ ਕੁਐਸਚਨ ਕਿਉਂ ਕਰਦੇ ਹੋ। That's good. ਮੈਂ ਉਹਦੇ ਬਾਰੇ ਵੀ ਜਵਾਬ ਦੇ ਦਿਆਂ, ਐਕਚੁਅਲੀ ਜਿਹੜੇ ਲੋਕ ਦੇਖ ਰਹੇ ਹੈ ਇਸ ਪ੍ਰੋਗਰਾਮ ਨੂੰ ਉਹ ਫਿਰ ਉਹਨਾਂ ਨੂੰ ਪਤਾ ਲੱਗ ਜਾਏ ਕਿ ਫਾਰਮ ਦਾ ਕਿਉਂ ਇੰਪੋਰਟੈਂਟ ਕੁਐਸਚਨ, ਕਿਉਂ ਕੁਐਸਚਨ ਕਰਦੇ ਹਾਂ ਕਿ ਕੋਈ ਵੀ ਅਗਰ ਇਨਸਾਨ ਅਗਰ ਸਪੈਸ਼ਲੀ ਵਿਜ਼ਟਰ ਹੈ ਜਿਹੜੇ ਪਹਿਲੀ ਪਹਿਲੀ ਵਾਰ ਆ ਰਿਹਾ ਹੈ, ਜਿਹੜਾ ਹੂ ਇਜ਼ ਨੋਟ ਕਮਿੰਗ ਔਨ ਪੀ ਆਰ ਲਾਈਕ ਟੈਂਪਰੇਰੀ ਵਰਕ ਪਰਮਿਟ ਇਜ਼ ਆਲਸੋ ਟੈਂਪਰੇਰੀ, ਜੇ ਤੁਸੀਂ ਅਗਰ ਪਹਿਲਾਂ ਫਾਰਮ ਤੇ ਜਾ ਰਹੇ ਹੋ ਕਿ ਅਗਰ ਬਾਈ ਚਾਂਸ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਤੁਸੀਂ ਉੱਥੋਂ ਵੀ ਕਿਸੇ ਫਾਰਮ ਤੋਂ ਵਿਜ਼ਿਟ ਕਰਕੇ ਜਾਂ ਇੱਥੇ ਵੀ ਡਾਇਰੈਕਟਲੀ ਫਾਰਮ ਨੂੰ ਆ ਰਹੇ ਹੋ,
ਇਸ ਕਰਕੇ ਬੜਾ ਉਹ ਚੈੱਕ ਕਰਦੇ ਆ ਤੁਸੀਂ ਐਕਚੁਅਲੀ ਉਹ ਦੇਖਿਆ ਤੁਹਾਡੇ ਜਿਹੜੇ ਫਾਰਮ ਹੈ ਨਾ CBSE ਜਿਹੜਾ ਛੋਟਾ ਜਿਹਾ ਪਰਚਾ ਹੈ ਉਹਦੇ ਵਿੱਚ ਵੀ ਲਿਖਿਆ ਹੁੰਦਾ ਹੈ ਕਿ ਵੀ ਹੈਵ ਯੂ ਵਿਜ਼ਿਟਡ ਅ ਫਾਰਮ ਇਨ ਦੋਸ ਕੰਟਰੀਜ਼ ਜਿਸ ਤਰ੍ਹਾਂ ਕਿ ਫਰ ਆਈ ਐਮ ਅ ਕੈਨੇਡੀਅਨ ਸਿਟੀਜ਼ਨ ਅਗਰ ਜਦ ਮੈਂ ਟਰੈਵਲ ਕਰਦਾ ਬਾਹਰ ਤੇ ਜਦ ਮੈਂ ਮੁੜ ਕੇ ਵਾਪਸ ਇੱਥੇ ਆਉਣਾ ਤੇ ਮੈਨੂੰ ਵੀ ਉਹ 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 ਕੁਐਸਚਨਿੰਗ ਪੁੱਛਦੇ ਆ ਕਿ ਵੀ ਹੈਵ ਯੂ ਵਿਜ਼ਿਟਡ ਐਨੀ ਫਾਰਮ ਇਨ ਦਿਸ ਕੰਟਰੀ ਅਗਰ ਮੈਂ ਕਿਸੇ ਫਾਰਮ ਨੂੰ ਵਿਜ਼ਿਟ ਕਰਕੇ ਅਗਰ ਕੋਈ ਉਹਨਾਂ ਦੀ ਕੋਈ ਮਿੱਟੀ ਵਾਲਾ ਸੋਇਲ ਜਾਂ ਕੁਛ ਉਸ ਤਰ੍ਹਾਂ ਦੀ ਕੋਈ ਬੈਕਟੀਰੀਅਲ ਪੋਇਜ਼ਨਿੰਗ ਜਾਂ ਮੇਰੇ ਸਮਾਨ ਦੇ ਥਰੂ ਕੱਪੜੇ ਦੇ ਥਰੂ ਜਾਂ ਖਾਣ ਪੀਣ ਦੇ ਥਰੂ ਜਾਂ ਕੋਈ ਮੈਂ ਪਲਾਂਟ ਵਗੈਰਾ ਲੈ ਕੇ ਆ ਰਿਹਾ ਕੁਛ ਹੈ ਕਿਸੇ ਵੀ ਤਰੀਕੇ ਨਾਲ ਅਗਰ ਕੋਈ ਉੱਥੇ ਦਾ ਬੈਕਟੀਰੀਆ ਅਗਰ ਕੈਨੇਡਨ ਬੈਕਟੀਰੀਆ ਵਿੱਚ ਟ੍ਰਾਂਸਫਰ ਹੋ ਗਿਆ ਮੈਂ ਫੋਨ ਕੱਟ ਕਰ ਦਿਆਂ ਇਸ ਆਈ ਐਮ ਸੌਰੀ ਆਈ ਹੈਡ ਟੂ ਡਿਸਕਨੈਕਟ ਅ ਫੋਨ ਕਾਲ ਜਿਹੜੀ ਫੋਨ ਕਾਲ ਆ ਰਹੀ ਸੀ ਆਈ ਹੈਡ ਟੂ ਡਿਸਕਨੈਕਟ ਅਗਰ ਕੋਈ ਪੁਰਾਣੇ ਕੋਈ ਉਸ ਕੰਟਰੀ ਦੇ ਫਾਰਮ ਵਿੱਚ ਕੋਈ ਬੈਕਟੀਰੀਆ ਕੋਈ ਹੋਰ ਕੋਈ ਮਾਈਕਰੋ ਆਰਗਨਿਜ਼ਮ ਇੱਥੇ ਟ੍ਰਾਂਸਫਰ ਹੋ ਗਏ ਤੇ ਕੈਨੇਡੀਅਨ ਫਾਰਮਿੰਗ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਸ ਕਰਕੇ ਉਹ ਸਵਾਲ ਪੁੱਛਦੇ ਆ ਇਹ ਬਹੁਤ ਬਹੁਤ ਜ਼ਰੂਰੀ ਸਵਾਲ ਹੈ ਠੀਕ ਹੈ ਸਰ ਇਹ ਸਵਾਲ ਸਿਰਫ ਕੈਨੇਡਾ ਨਹੀਂ ਹੈ ਬਾਕੀ ਹਰ ਇੱਕ ਕੰਟਰੀ ਵਿੱਚ ਹੁੰਦਾ ਜਿਹੜੀ ਐਡਵਾਂਸ ਕੰਟਰੀ ਹੈ ਨਾ ਜਿਵੇਂ ਅਮਰੀਕਾ ਵੀ ਇਹ ਪੁੱਛਦੇ ਹੈ ਆਈ ਐਮ ਸ਼ੋਰ ਯੂਰਪ ਵੀ ਪੁੱਛਦੇ ਹੋਣਗੇ ਪਰ ਅਮਰੀਕਾ ਕੈਨੇਡਾ ਜ਼ਰੂਰ ਪੁੱਛਦੇ ਹੈ ਸਰ ਅਮਰੀਕਾ ਨੇ ਤੇ ਆਪ ਤੇ ਸਾਡੇ ਜਦੋਂ 1966 ਦੇ ਵਿੱਚ ਜਿਹੜਾ ਆਪਣਾ ਉਹ ਸਾਡੇ ਪੰਜਾਬ ਦੇ ਵਿੱਚ ਕਾਂਗਰਸੀ ਘਾਹ ਪਾਇਆ ਜਾਂਦਾ ਜਿਹੜਾ ਮਤਲਬ ਹਰ ਰੋਡ ਦੀ ਸਾਈਡ ਤੇ ਹੁੰਦਾ ਉਹ ਤੇ ਅਮਰੀਕਾ ਨੇ ਸਾਡੇ ਦੇਸ਼ ਚ ਭੇਜਤਾ ਤੇ ਜਦੋਂ ਅਸੀਂ ਇੱਧਰ ਆਉਂਦੇ ਸਾਨੂੰ ਬੜੇ ਕੁਐਸਚਨ ਕਰਦੇ ਆ ਬਸ ਇਹੀ ਉਹ ਤਾਂ ਸਾਡੀ ਉਹ ਤੇ ਸਰਕਾਰਾਂ ਉਹ ਤੇ ਰਾਜਨੀਤਿਕ ਫੈਸਲੇ ਆ ਉਹਦੇ ਬਾਰੇ ਆਪਾਂ ਕੀ ਗੱਲ ਕਰ ਸਕਦੇ ਹਾਂ ਪਰ ਇਹ ਜ਼ਰੂਰ ਹੈ ਔਨ ਇੰਡੀਵਿਜੁਅਲ ਬੇਸਿਸ ਇੰਡੀਵਿਜੁਅਲ ਜਿਹੜੇ ਆ ਰਹੇ ਆ ਉਹਨਾਂ ਤੋਂ ਇੱਕ ਕਰਕੇ ਉਹ ਸਾਵਧਾਨੀ ਪੜਦੇ ਆ ਜ਼ਰੂਰ ਪਰ ਉਹ ਤੇ ਚਲੋ ਹੁਣ ਗ੍ਰੀਨ ਰੈਵੋਲੂਸ਼ਨ ਪਹਿਲਾਂ ਹੋਇਆ ਉਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਯੂਰੀਆ ਖਾਦ ਕਿਹੜੇ ਕਿਹੜੇ ਡੇਂਜਰਸ ਪੋਇਜ਼ਨ ਅੱਜ ਕੱਲ੍ਹ ਤੇ ਮੋਡੀਫਾਈਡ ਜਿਹੜੀ ਫਾਰਮਿੰਗ ਜਿਹੜੇ ਪ੍ਰੋਡਕਟਸ ਹੈ GMO ਪ੍ਰੋਡਕਟਸ ਹੈ ਉਹ ਮਿਲਾਵਟ ਕਰਕੇ ਮੌਨਸੈਂਟੋ ਵਰਗੀ ਕੰਪਨੀਆਂ ਪਤਾ ਨਹੀਂ ਕਿੱਥੇ ਕਿੱਥੇ ਸਮਾਨ ਸੱਟ ਰਹੇ ਹੈ ਇੱਥੇ ਮਿਕਸਅਪ ਕਰਕੇ ਸੋ ਉਹ ਤੇ ਬਹੁਤ ਵੱਡੇ ਡਿਸੀਜਨ ਹੈ ਪਰ ਆਪਾਂ ਛੋਟੇ ਲੋਕ ਨੇ ਸਰ ਜੀ ਆਪਾਂ ਤੇ ਇੱਥੇ ਇੱਥੇ ਸੀਮਿਤ ਹੈ ਕਿ ਵੀ ਅਸੀਂ ਫਾਰਮ ਕੋਈ ਪੋਲਿਊਸ਼ਨ ਤਾਂ ਨਹੀਂ ਕਰ ਰਹੇ ਐਨੀਵੇ ਸੋ ਆਪਣਾ ਸਪਾਊਸ ਵੀਜ਼ਾ ਦੇ ਬਾਰੇ ਦੱਸੋ ਸਪਾਊਸ ਵੀਜ਼ਾ ਜਿਹੜਾ ਤੁਹਾਡਾ ਲੱਗਿਆ ਉੱਥੇ ਇੱਕ ਵਾਰ ਜਦੋਂ ਤੁਸੀਂ ਆਲਰੇਡੀ ਮੈਂਸ਼ਨ ਕਰ ਚੁੱਕੇ ਇੱਕ ਵਾਰ ਤੁਹਾਨੂੰ ਪ੍ਰੋਬਲਮ ਹੋ ਗਈ ਸੀ ਪਹਿਲਾਂ ਤੁਹਾਡਾ ਕੰਮ ਨਹੀਂ ਹੋਇਆ ਉਹਦੇ ਬਾਅਦ ਸਪਾਊਸ ਵੀਜ਼ਾ ਲੱਗਿਆ ਸਪਾਊਸ ਵੀਜ਼ਾ ਇੰਟਰਵਿਊ ਤੁਸੀਂ ਦੇ ਕਰ ਆਏ ਹੋ ਪਹਿਲੀ ਗੱਲ ਤਾਂ ਇਹ ਦੱਸੋ ਕਿ ਤੁਸੀਂ ਕੈਨੇਡੀਅਨ ਹਾਈ ਕਮਿਸ਼ਨ ਗਏ ਕੈਨੇਡੀਅਨ ਹਾਈ ਕਮਿਸ਼ਨ ਦੇ ਵਿੱਚ ਤੁਸੀਂ ਜਾ ਕੇ ਕੈਨੇਡੀਅਨ ਸਿਸਟਮ ਕੈਨੇਡੀਅਨ ਗਵਰਨਮੈਂਟ ਆਫਿਸਰ ਉਹਦਾ ਇੰਟਰੈਕਸ਼ਨ ਦੇਖਿਆ ਉੱਧਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਕਿਸ ਤਰ੍ਹਾਂ ਦਾ ਤੁਹਾਨੂੰ ਮਾਹੌਲ ਲੱਗਿਆ ਕੈਨੇਡੀਅਨ ਹਾਈ ਕਮਿਸ਼ਨ ਜਾ ਕੇ ਕੈਨੇਡਾ ਦੇ ਤੁਹਾਡੇ ਸਾਹਮਣੇ ਜਿਹੜੀ ਪਹਿਲੀ ਨਜ਼ਰ ਜਿਹੜੀ ਪਹਿਲੀ ਤਸਵੀਰ ਆਈ ਉਹਦੇ ਬਾਰੇ ਦੱਸੋ ਫਿਰ ਐਂਡ ਦੈਨ ਯੂ ਕਮ ਟੂ ਕੈਨੇਡਾ ਐਂਡ ਦੈਨ ਯੂ ਆਰ ਟਾਕਿੰਗ ਟੂ ਕੈਨੇਡੀਅਨ ਇਮੀਗ੍ਰੇਸ਼ਨ ਆਫਿਸਰ ਉਹਦਾ ਐਕਸਪੀਰੀਅੰਸ ਦੱਸੋ ਜਰਾ ਸਰ ਜਿਹੜਾ ਇਹਨਾਂ ਦੇ ਜਿੰਨਾ ਵੀ ਮਤਲਬ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਜੇ ਕੋਈ ਏਅਰਪੋਰਟ ਆ ਜਾਂ ਕੋਈ ਸਿਟੀ ਵੀ ਆ ਜਾਂ ਕੋਈ ਵੀ ਕਿਸੇ ਵੀ ਜਗ੍ਹਾ ਤੇ ਚਲੇ ਜਾਂਦੇ ਨਾ ਪੀਸ ਹੁੰਦੀ ਆ ਹਰ ਜਗ੍ਹਾ ਤੇ ਪੀਸ ਅੱਛਾ ਹਾਂਜੀ ਮਤਲਬ ਤੇ ਜਿਵੇਂ ਉਹਨਾਂ ਦੀ ਕੈਨੇਡਾ ਦੀ ਅੰਬੈਸੀ ਸੀ ਉੱਥੇ ਹਾਈ ਕਮਿਸ਼ਨ ਉੱਥੇ ਵੀ ਇਹੀ ਸੀ ਕਿ ਉੱਥੇ ਪੀਸ ਸੀ ਕੋਈ ਰੌਲਾ ਨਹੀਂ ਸੀ ਕੋਈ ਰੱਪਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਹਾਰਨ ਨਹੀਂ ਕੋਈ ਕੁਛ ਨਹੀਂ ਸੀ ਤੇ ਇੱਥੇ ਵੀ ਸੇਮ ਆ ਇਹ ਚੀਜ਼ ਜਿਹੜੀ ਬੜੀ ਕਾਮਨ ਸੀ ਦੋਵਾਂ ਦੀ ਤੇ ਇੰਡੀਅਨ ਦਫ਼ਤਰਾਂ 'ਚ ਕੀ ਹੁੰਦਾ ਇੰਡੀਅਨ ਜਿਹੜੇ ਦਫ਼ਤਰ ਹੈ ਉੱਥੇ ਜਿਹੜੇ ਸਰਕਾਰੀ ਮੁਲਾਜ਼ਮ ਬੈਠੇ ਉੱਧਰ ਕੀ ਕਰਦੇ ਲੋਕ ਸਰ ਉਹ ਸਾਰੇ ਇੰਡੀਅਨਸ ਨੂੰ ਪਤਾ ਹੈ ਅੱਛਾ ਅੱਛਾ ਚਲੋ ਉਹਦੇ ਬਾਰੇ ਗੱਲ ਕਰਨੀ ਤੁਹਾਡੀ ਠੀਕ ਹੈ ਸੋ ਸਪਾਊਸ ਵੀਜ਼ਾ ਜਿਹੜਾ ਤੁਸੀਂ ਫਤਿਹ ਕਰਕੇ ਆਏ ਹੋ ਸਪਾਊਸ ਵੀਜ਼ਾ ਜਿਹੜਾ ਇੰਟਰਵਿਊ ਦੇ ਕੇ ਤੁਸੀਂ ਆਏ ਹੋ ਇੰਟਰਵਿਊ ਦੇ ਬਾਰੇ ਜੇ ਲੋਕਾਂ ਨੂੰ ਕੁਛ ਆਪਣੇ ਦੋ ਟੁੱਕ ਸ਼ਬਦਾਂ ਵਿੱਚ ਕੋਈ ਨਿਚੋੜ ਦੱਸੋ ਕਿ ਵੀ ਵਟ ਇਜ਼ ਸਮਥਿੰਗ ਕਿ ਵੀ ਲੋਕੀ ਸਿੱਖ ਸਕਦੇ ਹੈ ਤੁਹਾਡੇ ਇੰਟਰਵਿਊ ਤੋਂ ਸਰ ਇੰਟਰਵਿਊ ਦੇ ਵਿੱਚ ਮੈਂ ਸਾਰਾ ਮਤਲਬ ਮੈਂ ਜਦੋਂ ਮੈਂ ਆਪਣੀ ਇੰਟਰਵਿਊ ਦੀ ਤਿਆਰੀ ਕੀਤੀ ਸੀ ਤੇ ਮੈਂ ਇਹ ਸੋਚਿਆ ਸੀ ਕਿ ਮੈਂ ਵੀਜ਼ਾ ਆਫੀਸਰ ਹਾਂ ਤੇ ਮੈਂ ਆਪਣੇ ਆਪ ਤੋਂ ਹੀ ਮੈਂ ਕੀ ਕੁਐਸਚਨ ਪੁੱਛ ਸਕਦਾ ਮਤਲਬ ਮੈਂ ਆਪਣੇ ਆਪ ਦਾ ਕੋਈ ਵੀ ਇਸ ਤਰ੍ਹਾਂ ਦਾ ਵੀਕ ਪੁਆਇੰਟ ਨਹੀਂ ਰੱਖਣਾ ਚਾਹੁੰਦਾ ਕਿ ਜਿੱਤੋਂ ਮੈਨੂੰ ਉਹ ਮੈਨੂੰ ਇਹ ਕੁਐਸਚਨ ਕਰ ਲੈਣ ਤੇ ਮੈਨੂੰ ਉਹਦਾ ਆਨਸਰ ਦਵੇ ਮੈਂ ਆਪ ਹੀ ਵੀਜ਼ਾ ਅਫਸਰ ਬਣਿਆ ਸੀ ਤੇ ਮੈਂ ਸਾਰੇ ਕੁਐਸਚਨ ਮੈਨੂੰ ਇਹੀ ਕਿ ਮਤਲਬ ਮੈਂ ਆਪਣੇ ਬਾਰੇ ਸਭ ਕੁਛ ਜਾਣਦਾ ਤੇ ਹਰ ਆਪਣੇ ਐਂਗਲ ਤੋਂ ਵੇਖਣਾ ਵੀ ਮੈਨੂੰ ਕਿੱਥੇ ਉਹ ਕਿਹੜਾ ਕੁਐਸਚਨ ਪੁੱਛ ਸਕਦੇ ਪਰ ਜਦੋਂ ਮਤਲਬ ਮੈਂ ਉੱਥੇ ਗਿਆ ਜਦੋਂ ਮੈਂ ਉਹਨਾਂ ਨੂੰ ਇੱਕ ਦੋ ਆਨਸਰ ਦਿੱਤੇ ਤੇ ਉਹਨਾਂ ਨੇ ਮੇਰੀ ਇੰਟਰਵਿਊ ਨੂੰ ਜ਼ਿਆਦਾ ਲੰਮਾ ਨਹੀਂ ਖਿੱਚਿਆ ਉਹ ਮੇਰੇ ਤੋਂ 5 ਕੁ ਮਿੰਟ ਦੇ ਵਿੱਚ ਹੀ ਸੈਟੀਸਫਾਈ ਹੋ ਗਏ That's wonderful. ਮੈਂ ਤੁਹਾਨੂੰ ਵੀ ਇੱਕ ਵਾਰ ਕੰਗ੍ਰੈਚੁਲੇਟ ਕਰਾਂਗਾ ਤੇ ਬਾਕੀ ਦੁਨੀਆ ਵੀ ਜਿਹੜੀ ਦੇਖ ਰਹੀ ਹੈ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਸੁਖਮਨਜੀਤ ਜਿਸ ਤਰ੍ਹਾਂ ਕਲਾਇੰਟ ਹਰੇਕ ਇਮੀਗ੍ਰੇਸ਼ਨ ਕੰਸਲਟੈਂਟ ਹਰੇਕ ਇਮੀਗ੍ਰੇਸ਼ਨ ਲਾਅਰ ਦੀ ਕਿਸਮਤ ਵਿੱਚ ਨਹੀਂ ਮਿਲਦਾ ਸੁਖਮਨਜੀਤ ਦੀ ਖਾਸੀਅਤ ਇਹ ਹੈ ਕਿ ਇੱਕ ਵਧੀਆ ਸਟੂਡੈਂਟ ਹੈ ਇਹ ਸਵਾਲ ਪੁੱਛਦਾ ਹੈ ਸਿੱਖਦਾ ਵੀ ਹੈ ਸੁਜੈਸ਼ਨਸ ਨੋਟ ਕਰਦਾ ਹੈ ਤੇ ਆਪਣੀ ਤਿਆਰੀ ਪੂਰੀ ਕਰਦਾ ਹੈ ਤੇ ਡਾਇਰੈਕਸ਼ਨ ਨੂੰ ਫੋਲੋ ਕਰਦਾ ਹੈ ਕਈ ਵਾਰ ਮੇਰੇ ਤੋਂ ਕਲਾਇੰਟ ਮੇਰੇ ਤੋਂ ਇਹ ਐਕਸਪੈਕਟ ਕਰਦੇ ਕਿ ਵੀ ਭਾਜੀ ਆ ਲਓ ਪੈਸੇ ਤੁਸੀਂ ਮੇਰਾ ਵੀਜ਼ਾ ਕਰਾ ਕੇ ਦੇਣਾ ਮੈਂ ਕਿਹਾ ਵੀ ਇੱਦਾਂ ਨਹੀਂ ਹੁੰਦਾ ਯੂ ਹੈਵ ਟੂ ਫੋਲੋ ਮਾਈ ਡਾਇਰੈਕਸ਼ਨਸ ਯੂ ਹੈਵ ਟੂ ਫੋਲੋ ਅੰਡਰਸਟੈਂਡਿੰਗ ਟ੍ਰੇਨਿੰਗ ਲਓ ਪ੍ਰੈਕਟਿਸ ਕਰੋ ਇੰਟਰਵਿਊ ਦੀ ਇਹ ਸਾਰੇ ਸਟੈਪ ਕਰਨ ਦੇ ਬਾਅਦ ਤੁਸੀਂ ਉਹ ਜਿਹੜਾ ਵੀਜ਼ਾ ਇੰਟਰਵਿਊ ਦਾ ਜਿਹੜਾ ਐਗਜ਼ਾਮੀਨੇਸ਼ਨ ਹੈ ਉਹਦੇ ਵਿੱਚ ਸਕਸੈਸਫੁਲ ਤੁਸੀਂ ਹੋ ਗਏ
ਫਿਰ ਤਾਂ ਉਹ ਕੋਨਫੀਡੈਂਸ ਆਏਗਾ ਕਿ ਸਕਸੈਸਫੁਲ ਤੁਸੀਂ ਹੋ ਜਾਓਗੇ। ਪਰ ਕਈ ਲੋਕਾਂ ਦਾ ਇਸ ਤਰ੍ਹਾਂ ਹੈ ਕਿ ਨਹੀਂ ਵੀ ਸਾਨੂੰ ਕੁਛ ਮਿਹਨਤ ਕਰਨ ਦੀ ਲੋੜ ਨਹੀਂ, ਜੋ ਕਰੇ ਜੇ ਇਮੀਗ੍ਰੇਸ਼ਨ ਲੋਇਰ ਕਰਦੇ, ਜੋ ਕੁਛ ਲਿਖਣਾ ਹੈ ਲਿਖ ਦੇ, ਜੋ ਕੁਛ ਕਰਨਾ ਕਰਦੇ, ਵੀ ਉਹ ਆਪ ਹੀ ਦਿਆ ਇੰਟਰਵਿਊ, ਸਾਨੂੰ ਤਾਂ ਵੀਜ਼ਾ ਤੁਸੀਂ ਘਰੇ ਪਹੁੰਚਾ ਦਿਓ, ਬਸ ਇੰਨਾ ਹੀ ਬਹੁਤ ਹੈ। ਪਰ ਸੁਖਮਨ ਜੀ ਦੀ ਜਿਹੜੇ ਮੈਂ ਕਾਫੀ ਚਿਰ ਤੋਂ ਤੁਹਾਡੇ ਨਾਲ ਜੁੜਿਆ ਹੋਇਆ, ਬਾਏ ਦ ਵੇ ਸੁਖਮਨ, ਆਈ ਮੈਟ ਸੁਖਮਨ ਇਨ ਲੁਧਿਆਣਾ, ਆਈ ਥਿੰਕ ਇਨ ਦਾ ਮੰਥ ਆਫ ਫੈਬਰੀ, ਰਾਈਟ? ਤੁਹਾਨੂੰ ਫੈਬਰੀ ਮਿਲੇ ਸੀ? ਫੈਬਰੀ ਹਾਂਜੀ ਮਾਰਚ? ਹਾਂਜੀ ਫੈਬਰੀ, ਫੈਬਰੀ। ਹਾਂ, ਫੈਬਰੀ ਵਿੱਚ ਲੁਧਿਆਣਾ ਮੈਂ ਸੈਮੀਨਾਰ ਕਰ ਰਿਹਾ ਸੀ, ਹਯਾਤ, ਉੱਥੇ ਫਿਰੋਜ਼ਪੁਰ ਰੋਡ, ਅਤੇ ਉੱਥੇ ਕਈ ਕਲਾਇੰਟ ਆਏ ਹੋਏ ਸੀ। ਦੇਖੋ ਉਸ ਕਲਾਇੰਟਾਂ ਵਿੱਚ ਕਈ ਲੋਕ ਤੇ ਤਿੱਤਰ ਬਿੱਤਰ ਹੋ ਗਏ, ਕੁਛ ਉਧਰ ਚਲੇ ਗਏ, ਕੁਛ ਉਧਰ ਚਲੇ ਗਏ, ਉਹਨਾਂ ਨੇ ਸੋਚਿਆ ਕਿ ਮੇਰੀ ਫੀਸ ਜ਼ਿਆਦਾ ਹੈ ਜਾਂ ਫਲਾਨਾ, ਮੈਂ ਕਿਹਾ ਤੁਸੀਂ ਆਪਣੇ ਆਪ ਕਰ ਲਓ, ਵਟਐਵਰ। ਲੇਕਿਨ ਸੁਖਮਨ ਜੀ ਤਾਂ ਆਏ, ਉਹਨਾਂ ਨੇ ਕੰਸਲਟੇਸ਼ਨ ਫੀਸ ਵੀ ਦਿੱਤੀ, ਉਹਦੇ ਬਾਅਦ ਤੁਹਾਡੇ ਤੋਂ ਮੇਰੇ ਖਿਆਲ ਟੋਟਲ ਕਿੰਨੇ, 2 ਲੱਖ ਲਏ ਨਾ? ਹਾਂਜੀ ਸਰ, 2 ਲੱਖ ਰੁਪੀਸ ਫੋਰ ਦਾ ਹੋਲ ਥਿੰਗ। ਸੋ 2 ਲੱਖ ਲੈ ਕੇ ਲੋਕਾਂ ਨੇ ਮੈਨੂੰ ਇਹ ਵੀ ਕਿਹਾ ਕਿ ਸਰ ਜੀ ਤੁਸੀਂ ਫੀਸ ਬਹੁਤ ਚਾਰਜ ਕਰਦੇ ਹੋ ਪੰਜਾਬ 'ਚ, ਜੀ ਸਸਤੇ 'ਚ ਕੋਈ 25,000 'ਚ ਕਰੀ ਜਾ ਰਿਹਾ ਸਪਾਊਸ ਵੀਜ਼ਾ, ਕੋਈ 50,000 'ਚ ਕਰੀ ਜਾ ਰਿਹਾ, ਤੁਸੀਂ 2 ਲੱਖ ਕਾਹਦੇ ਲਈ ਲੈ ਰਹੇ ਹੋ ਜੀ, ਬਹੁਤ ਮਹਿੰਗਾ ਜੀ। ਮੈਂ ਕਿਹਾ ਠੀਕ ਹੈ, ਥੈਂਕ ਯੂ ਵੈਰੀ ਮੱਚ, ਬਸ ਇਹੀ ਹੁੰਦਾ ਕਿ ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇੱਕ ਵਾਰ। ਪਰ ਸੁਖਮਨਜੀਤ ਵਰਗਾ ਜਿਹੜਾ ਇੱਕ ਕਲਾਇੰਟ, ਐਜ਼ ਅ ਸਟੂਡੈਂਟ ਕਲਾਇੰਟ, ਜਿਹੜਾ ਸਿੱਖਣ ਨੂੰ ਤਿਆਰ ਹੈ, ਜਿਹੜਾ ਕਰਨ ਨੂੰ ਤਿਆਰ ਹੈ, ਜਿਹੜਾ ਆਪਣੇ ਪ੍ਰੈਕਟਿਸ ਵੀ ਕਰੇ ਅਤੇ ਇੰਸਟਰਕਸ਼ਨ ਨੂੰ ਫੋਲੋ ਵੀ ਕਰੇ, ਆਪਣੇ ਕੇਸ ਦੇ ਬਾਰੇ ਇੰਟਰਸਟ ਲਏ, ਵਾਰ ਵਾਰ ਮੈਨੂੰ ਵੀ ਸਜੈਸ਼ਨ ਦੇ ਕਿ ਬਈ ਕਿ ਸਰ ਆਹ ਐਡ ਕਰੋ ਜੀ, ਆਹ ਨਹੀਂ ਐਡ ਕਰੋ ਜੀ, ਆਹ ਦੇਖੋ, ਆਹ ਕਰੋ, ਇਸ ਤਰ੍ਹਾਂ। ਸੋ ਦੇਰ ਵਾਜ਼ ਅ ਇਨਵੋਲਵ ਪਾਰਟੀਸਪੇਸ਼ਨ ਫਰੋਮ ਬੋਥ ਸਾਈਡਸ। ਉਸ ਕਰਕੇ ਜਿਹੜਾ ਤੁਸੀਂ ਇੰਟਰਵਿਊ ਦੇਣ ਗਏ, ਤੁਹਾਡੇ ਚਿਹਰੇ ਤੇ ਕੌਨਫੀਡੈਂਸ, ਮੇਰੇ ਖਿਆਲ ਹੈ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗਿਆ ਹੋਣਾ ਕਿ ਵੀ ਇਸ ਬੰਦੇ ਨੂੰ ਸਾਰੀ ਨੌਲੇਜ ਹੈ ਇਸ ਬਾਰੇ, ਨੌਲੇਜ ਆਫ ਦ ਸੈਂਸ, ਮਤਲਬ ਕਿ ਹਸਬੈਂਡ ਵਾਈਫ ਦੀ ਨੌਲੇਜ ਹੁੰਦੀ ਹੈ ਵਾਈਫ ਦੇ ਬਾਰੇ, ਕਿ ਵੀ ਕਿੱਥੇ ਪੜ੍ਹ ਰਹੀ ਹੈ, ਕੀ ਹੈ ਰਿਲੇਸ਼ਨਸ਼ਿਪ, ਤਾਂ ਹੀ ਜੱਜ ਹੁੰਦਾ ਹੈ, ਅਤੇ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ, ਅੱਖਾਂ 'ਚ ਵੀ ਪਤਾ ਲੱਗ ਜਾਂਦਾ ਐਕਚੁਲੀ, ਕਿ ਵੀ ਕਈ ਵਾਰ ਜਿਹੜੇ ਮੇਰੇ ਕਲਾਇੰਟਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੀ ਵਾਈਫ ਕਿਹੜੇ ਸਮੈਸਟਰ 'ਚ ਪੜ੍ਹ ਰਹੀ ਹੈ, ਕਿੰਨੇ ਯੂਨਿਟਸ ਪੂਰੇ ਹੋ ਗਏ, ਕਿੱਥੇ ਰਹਿ ਰਹੀ ਹੈ, ਬੇਸਮੈਂਟ ਕਿਰਾਇਆ ਕਿੰਨਾ, ਵਗੈਰਾ ਵਗੈਰਾ, ਕਾਫੀ ਕੁਝ ਇਨਫੋਰਮੇਸ਼ਨ ਪਤਾ ਨਹੀਂ ਹੁੰਦੀ। ਸੋ ਔਰ ਐਜ਼ ਅ ਰਿਜ਼ਲਟ ਦੇ ਆਰ ਨਾਟ ਪਾਸਿੰਗ ਦ ਜੈਨੂਇਨ ਟੈਸਟ। ਸੋ ਪਰ ਸੁਖਮਨ ਜੀ ਦੀ ਇਸ ਤਰ੍ਹਾਂ ਹੈ ਕਿ ਬਈ ਹੀ ਇਜ਼ ਹੇਅਰ, ਹੀ ਇਜ਼ ਇਨ ਵੈਨਕੂਵਰ, ਸੋ ਆਈ ਫੀਲ ਵੈਰੀ ਗ੍ਰੇਟ ਐਂਡ ਪ੍ਰਾਊਡ ਕਿ ਬਈ ਹੀ ਇਜ਼ ਹੇਅਰ, ਅਤੇ ਬਾਕੀ ਆਈ ਵਿਸ਼ ਯੂ ਵੈਲ। ਮੇਰੇ ਖਿਆਲ ਤੁਹਾਡਾ ਜਿਹੜਾ ਏਰੀਆ ਹੈ ਔਰਗੈਨਿਕ ਫਾਰਮਿੰਗ ਵਾਲਾ, ਮੇਰਾ ਖਿਆਲ ਹੈ ਕਿ ਤੁਸੀਂ ਏਰੀਆ ਹੀ ਬਹੁਤ ਵਧੀਆ ਆਏ ਹੋ, ਸਰੀ ਵੈਨਕੂਵਰ ਏਰੀਆ ਇਹ ਫਾਰਮਿੰਗ ਲਈ ਮਸ਼ਹੂਰ ਹੈ ਆਲ ਓਵਰ ਕੈਨੇਡਾ, ਅਤੇ ਇੱਥੇ ਤੁਹਾਨੂੰ ਆਪਣੇ ਮਤਲਬ ਦੀ ਜੋਬ ਵੀ ਮਿਲੇਗੀ। ਬਾਕੀ ਤੁਸੀਂ 2-3 ਦਿਨ ਹੋ ਗਏ ਤੁਹਾਨੂੰ ਇੱਥੇ, ਲੋਕਾਂ ਨੂੰ ਮਿਲ ਰਹੇ ਹੋ, ਕਿਸ ਤਰ੍ਹਾਂ ਦਾ ਫੀਡਬੈਕ ਮਿਲ ਰਿਹਾ ਬਾਕੀ ਜਿਹੜੇ ਲੋਕ ਤੁਹਾਨੂੰ ਮਿਲ ਰਹੇ ਆ ਕੇ? ਹਾਂਜੀ ਸਰ, ਅਜੇ ਤੇ ਮਤਲਬ ਜਿਹੜੇ ਫਰੈਂਡ ਸਰਕਲ ਦੇ ਵਿੱਚ ਜਿਹੜੇ ਪਹਿਲਾਂ ਤੋਂ ਹੀ ਜਾਣਦੇ ਸੀ ਅਜੇ, ਉਹਨਾਂ ਨੂੰ ਹੀ ਮਿਲੇ ਆ। ਬਾਕੀ ਇੱਥੇ ਇੱਥੇ ਦੀ ਲਾਈਫ ਇਸ ਤਰ੍ਹਾਂ ਦੀ ਹੈ ਕਿ ਕੋਈ ਜ਼ਿਆਦਾ ਕਿਸੇ ਦੀ ਲਾਈਫ 'ਚ ਇੰਟਰਫੇਅਰ ਨਹੀਂ ਕਰਦਾ, ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹੁੰਦਾ। ਮਤਲਬ ਹਰ ਕੋਈ ਆਪਣੇ ਆਪ ਦੇ ਵਿੱਚ ਮਸਤ ਹੈ, ਤੇ ਇੱਥੇ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਇੱਕ ਰੋਡ ਕ੍ਰੋਸ ਕਰਨੀ ਹੁੰਦੀ ਤੇ ਸਾਰੀ ਟ੍ਰੈਫਿਕ ਤੁਹਾਡੇ ਲਈ ਰੁਕ ਜਾਂਦੀ ਆ। ਇਹ ਇੰਡੀਆ 'ਚ ਤੁਸੀਂ ਇੱਕ ਸਾਈਡ ਤੇ ਖੜੇ ਰਹੋ ਤੇ ਸ਼ਾਇਦ ਸ਼ਾਮ ਤੱਕ ਤੁਸੀਂ ਕ੍ਰੋਸ ਨਹੀਂ ਕਰ ਸਕਦੇ ਜੇ ਤੁਸੀਂ ਅੱਗੇ। ਇਹ ਤਾਂ ਹੈ, ਇਹ ਤਾਂ ਹੈ ਸਰ। ਇਹਦੇ 'ਚ ਮੈਂ ਤੁਹਾਨੂੰ ਦੂਸਰੀ ਗੱਲ ਇਹ ਵੀ ਦੱਸਣਾ ਚਾਹੂੰਗਾ, ਚਲੋ ਤੁਸੀਂ ਮੇਰੇ ਬਾਰੇ ਜੋ ਵੀ ਕਿਹਾ, ਵੀ ਜਦੋਂ ਮੈਂ 2 ਲੱਖ ਰੁਪਇਆ ਦਿੱਤਾ ਸੀ ਨਾ ਤੁਹਾਨੂੰ, ਮੈਂ ਬੜਾ ਕੁਛ ਸੋਚ ਕੇ ਦਿੱਤਾ ਸੀ। ਉਸ ਚੀਜ਼ ਦੀ ਵੈਲਿਊ ਕੀ ਸੀਗੀ ਜਦੋਂ ਮੈਂ ਉਹ 2 ਲੱਖ ਨੂੰ ਬੜਾ ਘੱਟ ਸਮਝਦਾ ਹਾਂ, ਕਿਉਂਕਿ ਜਦੋਂ ਮੈਂ ਤੁਹਾਨੂੰ ਕਾਲ ਕਰਦਾ ਸੀ, ਮੇਰਾ ਕਾਲ ਰਿਸੀਵ ਹੁੰਦਾ ਸੀ, ਜੇ ਤੁਸੀਂ ਕਾਲ ਰਿਸੀਵ ਨਹੀਂ ਕਰਦੇ ਤੁਸੀਂ ਮੈਨੂੰ ਬੈਕ ਕਾਲ ਕਰਦੇ ਸੀ। ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ। ਫਿਰ ਜਦੋਂ ਆਪਾਂ ਫਾਈਲ ਤਿਆਰ ਕੀਤੀ, ਆਪਾਂ ਦੋਵਾਂ ਨੇ ਮਿਲ ਕੇ ਤਿਆਰ ਕੀਤੀ, ਤੁਸੀਂ ਕਰਦੇ ਸੀਗੇ ਇਸ ਤਰ੍ਹਾਂ ਐਡ ਕਰੀਏ, ਮੈਂ ਵੀ ਤੁਹਾਨੂੰ ਦੱਸਦਾ ਸੀ ਇਸ ਤਰ੍ਹਾਂ ਐਡ ਕਰੀਏ। ਇੰਡੀਆ ਦੇ ਵਿੱਚ ਇੱਕ ਲਾਇਸੈਂਸ ਜ਼ਰੂਰ ਹੁੰਦਾ ICCRC ਮੈਂਬਰ ਦੇ ਨਾਮ ਤੇ, ਪਰ ਉਹਨੇ ਥੱਲੇ 100-200 ਬੰਦੇ ਦਾ ਜਾਂ 50 ਬੰਦੇ ਦਾ ਸਟਾਫ ਰੱਖਿਆ ਹੁੰਦਾ। ਜਦੋਂ ਫਸਟ ਟਾਈਮ ਡੀਲ ਕਰਨੀ ਆ, ਉੱਥੇ ਖੁਦ ਉਹ ਆਪ ਡੀਲ ਕਰਦੇ ਆ, ਫਿਰ ਉਹ ਸਾਰਾ ਕੰਮ ਸਟਾਫ ਤੇ ਸੁੱਟ ਦਿੰਦੇ ਆ। ਫਿਰ ਉਹਨਾਂ ਤੱਕ ਫੋਨ ਕੀ ਉਹਨਾਂ ਤੱਕ ਇੱਕ ਮੈਸੇਜ ਪਹੁੰਚਾਉਣਾ ਵੀ ਬੜਾ ਔਖਾ ਜਾਂਦਾ। ਸਟਾਫ ਇਹੀ ਕਹਿ ਦਿੰਦਾ ਜੀ ਉਹ ਜਦੋਂ ਸਰ ਫ੍ਰੀ ਹੋਣਗੇ ਤੁਹਾਡਾ ਮੈਸੇਜ ਦੇ ਦਿੰਦੇ ਆ, ਜਦੋਂ ਸਰ ਫ੍ਰੀ ਹੋਣਗੇ ਉਹ ਤੁਹਾਨੂੰ ਆਪੇ ਕਾਲ ਕਰ ਲੈਣਗੇ। ਜਾਂ ਇੱਥੇ ਇਹ ਹੁੰਦਾ ਕਿ ਜਦੋਂ ਤੁਸੀਂ ਕਾਲ ਕਰਕੇ ਡਿਸੀਜਨ ਪੁੱਛਦੇ, ਜੇ ਮੇਰੇ ਬੜੇ ਫਰੈਂਡਸ ਆ, ਜਦੋਂ ਡਿਸੀਜਨ ਨਹੀਂ ਪੁੱਛਦੇ ਕਿ ਸਰ ਸਾਡਾ ਕੋਈ ਸਾਡੇ ਸਾਡੇ ਕੇਸ ਦਾ ਸਟੇਟਸ ਕੀ ਆ, ਤੇ ਉਹ ਕਾਲ ਕਰਕੇ ਉਹ ਕਹਿੰਦੇ ਜੀ ਤੁਸੀਂ ਸਾਨੂੰ ਕਾਲ ਨਾ ਕਰੋ, ਜਦੋਂ ਤੁਹਾਡਾ ਕੋਈ ਡਿਸੀਜਨ ਆਊਗਾ ਅਸੀਂ ਤੁਹਾਨੂੰ ਆਪਣੇ ਆਪ ਹੀ ਕਾਲ ਕਰਦਾ। ਤੇ ਮੇਰੇ ਖਿਆਲ ਜਦੋਂ ਤੁਸੀਂ ਮੇਰੀ ਫਾਈਲ ਸਬਮਿਟ ਕੀਤੀ ਤੇ ਉਸ ਤੋਂ ਬਾਅਦ 'ਚ ਵੀ ਆਪਣੀ ਬੜੀ ਵਾਰੀ ਗੱਲ ਹੋਈ ਸੀ। ਤੀਜੇ ਚੌਥੇ ਦਿਨ ਮੈਂ ਕਾਲ ਕਰਦਾ ਸੀ, ਸਰ ਕੋਈ ਆਇਆ ਸਟੇਟਸ ਕੀ ਆ, ਤੇ ਤੁਸੀਂ ਗੱਲ ਕਰਦੇ ਸੀ, ਮਤਲਬ ਕਾਫੀ ਲੰਬੀ ਗੱਲ ਹੋ ਜਾਂਦੀ। ਇਹ ਚੀਜ਼ਾਂ ਜਿਹੜੀਆਂ ਨਾ ਉਹਨਾਂ ਸਾਹਮਣੇ ਸਰ, ਜਿਹੜਾ 2 ਲੱਖ ਰੁਪਈਆ ਨਾ ਉਹ ਬੜਾ ਛੋਟਾ। ਨਾਲੇ ਉੱਥੇ ਜਿਹੜਾ ਸਟਾਫ ਹੁੰਦਾ ਉਹ ਐਕਸਪੀਰੀਅੰਸ ਨਹੀਂ ਹੁੰਦਾ। ਚਲੋ ਤੁਸੀਂ ਤੁਸੀਂ ਸਟੱਡੀ ਕੀਤੀ ਆ, ਤੁਸੀਂ ਸਾਰਾ ਤੁਸੀਂ ਮਤਲਬ ਪੂਰਾ ਜੋ ਵੀ ਇਸ ਕੰਮ ਨੂੰ ਕਿੰਨੇ ਟਾਈਮ ਤੋਂ ਕਰ ਰਹੇ ਜੇ ਪ੍ਰੈਕਟਿਸ ਦੇ ਵਿੱਚ ਰੈਗੂਲਰ, ਤੇ ਉਹ ਜਿਹੜਾ ਸਟਾਫ ਹੁੰਦਾ ਉਹਨੂੰ ਇੰਨੀ ਨੌਲੇਜ ਥੋੜਾ ਹੁੰਦੀ। ਉਹ ਤੇ ਇੱਕ ਪੇਡ ਸਟਾਫ ਹੁੰਦਾ, ਚਲੋ ਜੀ ਠੀਕ ਹੈ ਜੀ, ਉਹਨਾਂ ਨੇ ਫਾਈਲ ਉਹਨਾਂ ਨੂੰ ਦੱਸਿਆ। ਹਰ ਕੇਸ ਦੀ ਜਿਹੜੀ ਹਰ ਕੇਸ ਦੇ ਵਿੱਚ ਪ੍ਰੈਪਰੇਸ਼ਨ ਵੱਖਰੀ ਹੁੰਦੀ, ਡਾਕੂਮੈਂਟਸ ਵੱਖਰੇ ਹੁੰਦੇ ਆ,
वैसे वैसे तुसी हुन इत्थे आ गए हो ना, सरी एरिया, सरी रह रहे हो ना तुसी? यू आर सरी राइट हो? हाँ जी, हाँ जी, हाँ, तुसी इत्थे सरी वैनकूवर एरिया भी देख लेना। इत्थे इस एरिया जरा ताड़ा जरा अपना मेन पंजाबी एरिया है, इत्थे भी एटलीस्ट मैं समझदा कि एटलीस्ट 500 इमिग्रेशन लॉयर कंसल्टेंट बैठा है एट द लीस्ट। या जिहड़े लोग इत्थे इमीग्रेशन कर रहे हैं, इमीग्रेशन सर्विस कर रहे हैं, आज जिहड़ी तुसी गल कीती ना कि भी कोई कॉल बैक नहीं करता, ये सिर्फ इंडिया तो ही सीमित नहीं है, इत्थे भी लोगों का ये हाल है कि स्पेशली जिहड़े इंडियंस लॉयर्स ने, इंडियन लॉयर या कंसल्टेंट ने, वो भी बहुते बार क्लाइंट मैनू कॉल करके दसते हैं कि भी असी फलाने नू पैसे दे बैठे हैं लेकिन वो कॉल बैक नहीं करते, कहते प्लीज लीव अ मैसेज, असी तुहानू गेट बैक टू यू। वो भी इत्थे ज़्यादा कस्टमर सर्विस वाल ध्यान नहीं देंगे। सो बस यही होंगे लोगों को कि एक बार पैसे फंस गए जी, किसी ने $500, किसी ने $1,000 जी, बस पैसे फंस गए, हो गया हो गया, नहीं हो गया वी विल डू अगेन, वी विल अपील अगेन या वट एवर जो भी कुछ कहे, मतलब कि दोबारा शुरू हो जाता। सो वो कस्टमर सर्विस वाली प्रॉब्लम इतने भी है, सिर्फ इंडिया ही नहीं है, हर जगह ही है, मतलब इट्स नॉट जस्ट इंडिया। बट चलो एनीवे, जो होया सो वधिया होया, तो थैंक यू वेरी मच फॉर योर टाइम एंड आई विश यू वेल। जब कभी भी तुसी तुहानू टाइम मिले ते एडमंटन जरूर आओ, एडमंटन वैनकूवर तो 1 आवर 1 घंटे की फ्लाइट है, तो तुसी जब इन्नी दूर सफर करके आ सकते हो तो एडमंटन भी आके दर्शन दियो, एडमंटन दे भी देखो इत्थे की अलबर्टा की हो रहा। नहीं सर जी, बाकी कनेडा बहुत बड़ा मुल्क है, तुसी ते मेरे ख्याल अगर जे देखना शुरू करोगे, होर जाके स्थान देखना शुरू करोगे तो तुहानू इहदे विच देखण में मैं ते मतलब मैनू ते 13 साल हो गए इत्थे रहिंदे हो, मैं ते पूरा दे मैं ते मतलब कि एडमंटन पूरा एल्बर्टा तक नहीं देख सकया पूरा हूं तक। सो देयर इज अ लॉन्ग वे टू गो, पर आई होप यू वेल एंड एवरीथिंग इज गुड। हाउ इज योर वाइफ फीलिंग नाउ? शी इज हैप्पी। शी इज हैप्पी, एवरीथिंग इज गुड। एंड ते मकान ले रहे अपना, कोई बेसमेंट किराया वाला है, अपार्टमेंट किस तरह लिया फिर? हाँ जी सर, बेसमेंट ले अच्छा, किदा दस सकते हो किन्ना किराया पे कर रहे हो फिर अजकल? सर, ओदा $950 $950 ਤੇ ਨਾਲ ਬਿਲ ਬੱਤੀਆਂ ਦੇ ਵਿੱਚ ਸਭ ਕੁਝ ਇਨਕਲੂਡ ਹੈ ਔਰ ਕੁਝ ਨਹੀਂ ਕਿ ਸਰ, ਐਵਰੀਥਿੰਗ ਇਹ ਇਨਕਲੂਡ ਹੈ? ਵਾਈਫਾਈ ਨਹੀਂ, ਵਾਈਫਾਈ ਲਗਵਾ। ਅੱਛਾ, ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਪੁੱਛਣੀ ਸੀ ਕਿ ਤੁਸੀਂ ਇੰਡੀਆ ਤੋਂ ਆਏ ਹੋ, ਏਅਰਟੈਲ ਜੀਓ ਵਾਲਾ ਤੇ ਇੱਥੇ ਤਾਂ ਬੜੇ ਸਸਤੇ ਦੇ ਹੀ ਜਾਂਦੇ ਨੇ ਵਾਈਫਾਈ, ਮਤਲਬ ਕਿ ਹਰ ਇੱਕ ਮਹੀਨਾ ਮੇਰੇ ਖਿਆਲ 250 ਰੁਪਏ ਜਾਂ 300 ਰੁਪਏ ਵਿੱਚ ਤੁਸੀਂ 1 GB ਐਵਰੀ ਡੇ, ਇੱਥੇ ਤੁਹਾਨੂੰ ਲੱਗਿਆ ਨਾ ਕਿ ਵਾਈਫਾਈ ਕਿੰਨਾ ਮਹਿੰਗਾ ਹੈ ਜਾਂ ਇੰਡੀਆ ਇੰਟਰਨੈਟ ਦੇ ਪਲਾਨ, ਮੋਬਾਈਲ ਪਲਾਨ ਕਿੰਨੇ ਮਹਿੰਗੇ ਹੈ? ਸਰ ਇੱਥੇ ਨਾ ਮੈਂ ਇੱਕ ਮਾਲ ਦੇ ਵਿੱਚ ਗਿਆ ਸੀ, ਇੱਥੇ ਟੈਲਸ ਵਾਲੇ ਸੀ, ਜਿਸ ਤਰ੍ਹਾਂ हाँ ਆਪਣੇ ਏਅਰਟੈਲ, ਉਹ हाँ ਟੈਲਸ ਵਾਲੇ, ਉਹ ਮਤਲਬ ਉਹ ਗੋਰਾ ਸੀ ਤੇ ਉਹ ਉਹਨਾਂ ਨੇ ਉਹ ਆਪ ਖੁਦ ਬੁਲਾਉਂਦੇ ਆ ਤੇ ਉਹਨੇ ਦੱਸ ਰਿਹਾ ਸੀ, ਮੇਰੀ ਵਾਈਫ ਵੀ ਨਾਲ ਸੀ, ਉਹਨਾਂ ਦੀ ਫੈਮਿਲੀ ਵੀ ਨਾਲ ਸੀ, ਤੇ ਉਹ ਦੱਸ ਰਿਹਾ ਸੀ ਕਿ ਸਾਡਾ ਪਲਾਨ ਹੈ $70 ਦਾ। ਉਹਨੂੰ ਮੈਂ ਦੱਸਿਆ ਕਿ ਜਿਹੜਾ ਤੇਰਾ ਪਲਾਨ $70 ਦਾ ਨਾ, ਇਹ हाँ ਇੰਡੀਆ 'ਚ ਇਹ ਸਾਨੂੰ $2 ਦਾ ਮਿਲਦਾ। ਉਹ ਸਰ ਕਿੰਨਾ ਚਿਰ ਹੱਸੀ ਗਿਆ, ਉਹ हाँ ਬੜਾ ਹੈਰਾਨ ਹੋ ਗਿਆ ਕਿ ਇਹ ਜਿਹੜਾ ਇੱਥੇ $70 ਦਾ, ਉੱਥੇ $2 ਦਾ ਮਿਲਦਾ ਤੇ ਪਰ ਮੰਥ। ਤੇ ਮੈਂ ਉਹਨੂੰ, ਕਿਉਂਕਿ ਜਿਹੜਾ ਜੀਓ ਦਾ ਪਲਾਨ ਹੈ ਉਹ $8 to $10 ਦਾ ਫੋਰ 3 monthly ਆਪਾਂ ਪਾਉਂਦੇ ਹਾਂ, ਤੇ ਉਹ ਮਤਲਬ ਮੰਥ ਦਾ ਹੋ ਗਿਆ $2 to $3 ਦਾ। ਤੇ ਉਹ ਮਤਲਬ ਉਹ ਕਹਿੰਦਾ ਹਾਂ, ਉਹ ਮਤਲਬ ਉਹਨੂੰ ਜਿਸ ਤਰ੍ਹਾਂ ਨਿਊਜ਼ ਦੇ ਵਿੱਚ ਆਉਂਦਾ ਨਾ, ਕਹਿੰਦਾ ਇੰਡੀਆ ਇਜ਼ ਰੀਅਲੀ ਬੂਮਿੰਗ। ਮੈਂ ਕਿਹਾ ਹਾਂ, ਬੂਮਿੰਗ ਹੈ ਤਾਂ ਹੀ ਅਸੀਂ ਇੱਥੇ ਆ ਰਹੇ हाँ ਹਾਂ। देखो ये चीज जेड़ी ना एक बहुत वधिया तुसी पॉइंट रेज कीता, ये कई बार मैनू लोग इस तरह सोचते हैं मेरे बारे या बाकी लोग भी सोचते होंगे कि भी इत्थे लोकां कोल कनेडा विच ना पैसा बहुत है, लोकां कोल ज्यादा जी, तुसी ते डॉलर कमा रहे जी, तुसी तो मिलियनर हो, फलाना हो, तुहाडे कोल कि कमी है की है। मैं उन्होंने एक गल कहना कि भी जो इत्थे डॉलर तुहानू दिसदे हैं ना, जेड़े कमाई हो रही है डॉलर की, उन्नी ही ज्यादा खर्चा भी है। जिहड़ी जिस चीज़ नूं मैं हुण पिछले 2-3 महीने मैं इंडिया रह के आया, एयरटेल दा, ऑफ कोर्स आई वाज यूजिंग एयरटेल, यू आर राइट, आई वाज पेइंग, मेरे ख्याल है कि 500 रुपए या 550 रुपए मैं दिते सी 3 महीने लिए जियो दे, ते तुसी ये देख लो कि इत्थे $60 to $70 पर मंथ, ते उहदे विच भी जरा जरा डेटा है, डेटा इज हार्डली अबाउट 4 GB और 5 GB फॉर द होल मंथ। ਉੱਥੇ ਤੇ ਮੈਂ ਐਕਚੁਅਲੀ 2 GB ਐਵਰੀ ਡੇ ਮੈਂ ਯੂਜ਼ ਕਰ ਰਿਹਾ ਸੀ, ਤੇ ਐਨ ਆਫ ਕੋਰਸ ਅਨਲਿਮਿਟਿਡ ਕਾਲ, ਅਨਲਿਮਿਟਿਡ ਐਨੀ ਐਵਰੀਥਿੰਗ ਪਲੱਸ 2 GB ਐਵਰੀ ਡੇ। ਕਿੱਥੇ ਇੰਡੀਆ ਦੀ ਟੈਕਨੋਲੋਜੀ ਜਿਹੜੀ ਮੋਬਾਈਲ ਟੈਕਨੋਲੋਜੀ ਹੈ ਤੇ ਇੱਥੇ ਦੀ ਤੁਸੀਂ ਟੈਕਨੋਲੋਜੀ ਦੇਖ ਲਓ। ਅੱਛਾ, ਜਿਹੜੀ ਜਿਹੜੀ ਕੰਪਨੀ ਮੈਂ ਯੂਜ਼ ਕਰ ਰਿਹਾ ਇਨ ਕੈਨੇਡਾ ਵਿਚ ਇਜ਼ ਕਾਲ ਚੈਟਰ, ਚੈਟਰ ਕੋਲ 4G ਹੈ ਹੀ ਨਹੀਂ ਹੈ। ਤੁਸੀਂ ਮੰਨੋਗੇ ਨਹੀਂ ਕਿ ਏਅਰਟੈਲ ਜੀਓ ਨੇ ਕਿੰਨੀ ਤਰੱਕੀਆਂ ਕੀਤੀਆਂ ਕਿ ਦੇ ਆਰ ਆਫਰਿੰਗ 4G ਫੋਰ $2 ਔਰ $3 ਅ ਮੰਥ। ਸਰ ਉੱਤੇ ਉਹਨੇ ਨਾ ਮੈਨੂੰ ਮਤਲਬ ਬੜਾ ਦੱਸਿਆ ਕਿ ਜਿਹੜੀ ਸਾਡੇ ਕੋਲ ਟੈਕਨੋਲੋਜੀ ਹੈ ਨਾ, ਉਹ ਫਾਈਬਰ ਆਪਟੀਕਲ ਟੈਕਨੋਲੋਜੀ ਆ,
ਤੇ ਮੈਂ ਉਹਨੂੰ ਦੱਸਿਆ ਕਿ ਜਿਹੜੀ ਟੈਕਨੋਲੋਜੀ ਦੀ ਤੁਸੀਂ ਹੁਣ ਗੱਲ ਕਰਦੇ ਨਾ ਵੀ ਸਾਡੇ ਕੋਲ ਹੁਣ ਆਈ ਅਸੀਂ ਤਾਂ $70 ਲੈ ਰਹੇ ਹਾਂ, ਜਿਹੜਾ ਰਿਲਾਇੰਸ ਜੀਓ ਆ ਉਹ ਮਤਲਬ ਉਹ ਅੱਜ ਤੋਂ 2 ਸਾਲ ਪਹਿਲਾਂ ਤੋਂ ਹੀ ਜਿਹੜੀ ਹੈ ਇਹ ਟੈਕਨੋਲੋਜੀ ਯੂਜ਼ ਕਰਨ ਦੀ। ਯਾ ਕੁਛ ਕੁਛ ਗੱਲਾਂ 'ਚ ਐਕਚੁਲੀ ਇੰਡੀਆ ਦੀ ਟੈਕਨੋਲੋਜੀ ਹੈ ਨਾ, ਜਿਹੜੇ ਮੋਬਾਈਲ ਜਿਹੜੇ ਫੋਨਸ ਵਾਲਿਆਂ ਨੇ ਸਾਰੇ, ਅਤੇ ਉਹ ਕਾਫੀ ਉਹਨਾਂ ਨੇ ਕਾਫੀ ਐਡਵਾਂਸਮੈਂਟ ਕੀਤੀ ਹੈ ਅਤੇ ਕਾਫੀ ਇੱਕਦਮ ਇੱਥੋਂ ਸਿੱਖ ਕਰ ਇੱਕਦਮ ਛਾਲ ਮਾਰੀ ਹੈ, ਪਰ ਅਸੀਂ ਅਸੀਂ ਕੈਨੇਡਾ 'ਚ ਜਿਹੜਾ ਜਿਹੜਾ ਮੋਬਾਈਲ ਟੈਕਨੋਲੋਜੀ ਹੈ ਇਟਸ ਵੈਰੀ ਆਊਟਡੇਟਿਡ, ਕਾਫੀ ਪੁਰਾਣੀ ਹੈ। ਇੱਥੇ ਫੋਨ ਵੀ ਤੁਸੀਂ ਲੈਣ ਜਾਓਗੇ ਫੋਨ ਦੇ ਨਾਲ ਨਾਲ ਤੁਸੀਂ ਪਲਾਨ ਬਾਏ ਕਰੋਗੇ, ਇੰਡੀਆ 'ਤੇ ਹੁੰਦਾ ਕਿ ਫੋਨ ਤੁਸੀਂ ਵੱਖਰਾ ਲੈ ਲਓ ਜੀ, ਜੋ ਮਰਜ਼ੀ ਫੋਨ ਆਪਣੀ ਸਰਵਿਸ ਲੈ ਲਓ, ਇੱਥੇ ਉਹ ਸਿਸਟਮ ਨਹੀਂ ਹੈ। ਯੂ ਹੈਵ ਟੂ ਬਾਏ ਦ ਫੋਨ ਵਿਦ ਦ ਸਰਵਿਸ, ਉਹਦੇ ਨਾਲ ਹੀ ਤੁਸੀਂ 2 ਸਾਲ ਜਾਂ 3 ਸਾਲ ਲਈ ਉਹ ਤੁਹਾਨੂੰ ਉਹ ਲਪੇਟ ਲੈਂਦੇ ਕਿ ਵੀ ਤੁਸੀਂ ਡੀਲ ਸਾਈਨ ਕਰੋ, ਮਤਲਬ ਐਗਰੀਮੈਂਟ ਸਾਈਨ ਕਰੋ ਤਾਂ ਦੇਵਾਂਗੇ। ਸੋ ਅਦਰਵਾਈਜ਼ ਇਟਸ ਇੰਟਰਨੈਟ ਵੀ ਜਿਹੜਾ ਤੁਸੀਂ ਹੁਣ ਜਿਹੜਾ ਤੁਹਾਡਾ ਲੱਗੇਗਾ ਇੰਟਰਨੈਟ ਜਿਹੜਾ, ਆਈ ਐਮ ਹੋਪਿੰਗ ਕਿ ਯੂ ਆਰ ਨਾਟ ਮੇ ਬੀ ਐਟਲੀਸਟ $40 to $50 ਪਰ ਮੰਥ ਲੱਗਣਾ ਹੀ ਲੱਗਣਾ, ਤੁਸੀਂ ਪਤਾ ਕਰ ਲੈਣਾ, ਤੇ $70 ਔਰ $70, ਓ ਮਾਈ ਗੋਡ, $70 ਪਰ ਮੰਥ। ਮੈਨੂੰ ਪਤਾ ਹੈ ਕਿ ਮੈਂ ਦਿੱਲੀ, ਕਿਉਂਕਿ ਆਈ ਐਮ ਫਰੋਮ ਦਿੱਲੀ, ਮੈਂ ਦਿੱਲੀ 'ਚ ਲਗਵਾਇਆ ਸੀ ਇੰਟਰਨੈਟ, ਏਅਰਟੈਲ ਨੇ ਲਗਾਏ ਸੀ ਇੰਟਰਨੈਟ ਮੇਰਾ, ਮੇਰੇ ਖਿਆਲ 700 ਰੁਪਏ ਜਾਂ 800 ਰੁਪਏ ਪਰ ਮੰਥ, ਤੇ ਕਾਫੀ ਇੰਨੀ ਫਾਸਟ ਹੈ ਜਿੰਨੀ ਸਪੀਡ ਮੇਰੀ ਇੱਥੇ ਕੈਨੇਡਾ ਆਪਣੇ ਘਰ ਆ ਰਹੀ ਹੈ ਉਸ ਤੋਂ ਜ਼ਿਆਦਾ ਸਪੀਡ, ਮੇ ਬੀ ਇਕੁਅਲ ਜਿਹੜੀ 700-800 ਰੁਪਏ ਏਅਰਟੈਲ ਵਾਲੇ ਦੇ ਰਹੇ ਸੀ। ਸੋ ਤੁਸੀਂ ਦੇਖ ਲਓ ਕਿ ਵੀ ਜਿਹੜਾ 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 ਇੱਥੇ ਸਿਸਟਮ ਲੋਕ ਸੋਚਦੇ ਕਿ ਵੀ ਕੈਨੇਡਾ ਡਾਲਰ ਬਹੁਤ ਹੈ, ਖਰਚਾ ਵੀ ਬਹੁਤ ਹੈ, ਜੇ ਸਬਜ਼ੀ ਲੈਣ ਜਾਓਗੇ ਬਾਜ਼ਾਰ 'ਚ ਕੁਛ ਲਓਗੇ ਉਹ ਵੀ ਡਾਲਰਾਂ 'ਚ ਮਿਲਣੀ ਹੈ, ਉਹ ਉੱਥੇ ਜਿਹੜੇ 10 ਰੁਪਏ ਕਿਲੋ ਟਮਾਟਰ ਨਹੀਂ ਮਿਲਣੇ ਇੱਥੇ। ਸੋ ਸੋ ਇਟਸ 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 ਅ ਡਿਫਰੈਂਟ ਵੇ ਆਫ ਕੰਪੇਅਰਿੰਗ ਥਿੰਗ, ਬਟ ਆਫ ਕੋਰਸ ਯੂ ਆਰ ਰਾਈਟ ਅਬਾਊਟ ਦੇ ਆਰ ਸਮ ਥਿੰਗਸ ਵਿਚ ਇੰਡੀਆ ਡਜ਼ ਨਾਟ ਹੈਵ, ਲਾਈਕ ਜਿਹੜਾ ਤੁਸੀਂ ਫਰੈਸ਼ ਹਵਾ ਦੀ ਗੱਲ ਕੀਤੀ ਹੈ, ਫਰੈਸ਼ ਪਾਣੀ, ਫਰੈਸ਼ ਸਿਸਟਮ, ਕਲੀਨ ਇਨਵਾਇਰਮੈਂਟ, ਜਿਹੜਾ ਟ੍ਰੈਫਿਕ ਦਾ ਰੂਲਸ, ਕਾਇਦਾ ਕਾਨੂੰਨ, ਪੀਸਫੁਲ ਐਟਮੋਸਫੀਅਰ, ਜਿਹੜੇ ਪੋਲਾਈਟਲੀ ਗੱਲ ਕਰਨੀ ਇੱਕ ਦੂਜੇ ਨਾਲ, ਜਿਹੜਾ ਤੁਸੀਂ ਕਿਹਾ ਗਵਰਨਮੈਂਟ ਆਫਿਸਰ ਤੁਹਾਨੂੰ ਕੈਜੂਅਲੀ ਥੈਂਕ ਯੂ ਤੁਹਾਨੂੰ ਬਾਰ ਬਾਰ ਕਹੀ ਜਾਣਾ, ਅਤੇ ਦੇ ਟ੍ਰੀਟ ਯੂ ਰਿਸਪੈਕਟਫੁਲੀ। ਮੇਰੇ ਖਿਆਲ ਜੇ ਤੁਸੀਂ ਅਗਰ ਹੁਣ ਜਾ ਕੇ ਫਲਾਈ ਕਰਕੇ ਇੰਡੀਆ ਇੰਦਰਾ ਗਾਂਧੀ ਏਅਰਪੋਰਟ 'ਤੇ ਉਤਰੋਗੇ ਤੁਹਾਨੂੰ ਜਾਂਦੇ ਸਰ ਪਤਾ ਲੱਗ ਜਾਣਾ ਕਿ ਵੀ ਕਿਆ ਕੌਣ ਹੈ ਜਿਹੜੇ ਡੀਲਿੰਗ ਕਲਰਕ। ਸੋ ਯੂ ਨੋ ਥਿੰਗਸ ਆਰ ਡਿਫਰੈਂਟ, ਬਟ ਯੂ ਨੋ ਇਟਸ ਓਕੇ, ਦੁਨੀਆਂ ਦੇ ਨਜ਼ਾਰੇ ਲਓ। ਸਰ ਉੱਥੇ ਮੈਂ ਤੁਹਾਨੂੰ ਦਿੱਲੀ ਦੀ ਗੱਲ ਵੀ ਦੱਸਦਾ, ਮੈਂ ਨਾ ਮਤਲਬ ਇੱਥੋਂ ਅੰਮ੍ਰਿਤਸਰ ਤੋਂ ਗਿਆ ਸੀ, ਮੈਂ 12 ਵਜੇ ਪਹੁੰਚਿਆ ਸੀ ਬਾਈ ਪਲੇਨ, ਤੇ ਮੈਂ ਉੱਥੇ ਨਾ 3 ਕੁ ਵਜੇ ਸੌ ਗਿਆ, ਮਤਲਬ ਮੈਨੂੰ ਨੀਂਦ ਆ ਗਈ, ਤੇ ਮੈਂ ਘੰਟੇ ਬਾਅਦ ਉੱਠਿਆ ਤੇ ਮੈਂ ਦੇਖਿਆ ਕਿ ਉੱਥੇ ਮਤਲਬ ਜਿਹੜੀ ਬੋਰਡਿੰਗ ਪਾਸ ਮਿਲਣੇ ਸਟਾਰਟ ਹੋ ਗਏ ਆ, ਤੇ ਮੈਂ ਜਲਦੀ ਜਲਦੀ ਉੱਠ ਕੇ ਗਿਆ, ਤੇ ਜਿਹੜੀ ਮੇਰੀ ਟਿਕਟ ਸੀ ਨਾ ਮੇਰੇ ਪਾਸਪੋਰਟ ਦੇ ਵਿੱਚ ਪ੍ਰੋਪਰਲੀ ਫੋਲਡ ਨਹੀਂ ਸੀ ਹੋਈ, ਜਿਵੇਂ ਇਕੱਠੀ ਜਿਹੀ ਹੋਈ ਸੀ, ਤੇ ਉੱਥੇ ਇੱਕ ਆਫੀਸਰ ਆਇਆ, ਉਹ ਮੈਨੂੰ ਨਹੀਂ ਪਤਾ ਉਹ ਕੌਣ ਸੀ, ਕਿਹੜੀ ਏਜੰਸੀ ਤੋਂ ਸੀ, ਉਹ ਨਾ ਮੈਨੂੰ ਜਿਸ ਤਰ੍ਹਾਂ ਕਨਫਿਊਜ਼ ਕਰਨ ਲੱਗ ਗਿਆ, ਉਹ ਤੂੰ ਤੇ ਤੈਨੂੰ ਤੇ ਪਸੀਨਾ ਬਣਾ ਰਿਹਾ, ਮੈਂ ਕਿਹਾ ਮੈਨੂੰ ਤੇ ਕੋਈ ਪਸੀਨਾ ਨਹੀਂ ਆਇਆ, ਉਹਨੇ ਮੇਰੀ ਟਿਕਟ ਦੇਖੀ ਫੋਲਡ ਕੀਤੀ ਕਿ ਉਹਨੂੰ ਲੱਗਾ ਮੈਂ ਫਸਾ ਸਕਦਾ, ਇਹਨੂੰ ਕੁਛ ਪਤਾ ਨਹੀਂ, ਮੈਂ ਕਿਹਾ ਠੀਕ ਹੈ, ਕਹਿੰਦਾ ਪਾਸਪੋਰਟ, ਮੈਂ ਉਹਨੂੰ ਪਾਸਪੋਰਟ ਦਿਖਾਇਆ, ਕਹਿੰਦਾ ਤੁਹਾਡੀ ਵਾਈਫ ਹੈ ਉੱਥੇ, ਮੈਂ ਕਿਹਾ ਹਾਂ, ਕਹਿੰਦਾ ਤੁਹਾਡਾ ਪੁਰਾਣਾ ਇਹ ਤੁਹਾਡਾ ਦੂਜਾ ਪਾਸਪੋਰਟ ਕਿੱਥੇ, ਮੈਂ ਕਿਹਾ ਮੇਰੇ ਕੋਲ ਦੂਜਾ ਪਾਸ, ਇੱਕ ਹਰ ਬੰਦੇ ਕੋਲ ਇੱਕੋ ਪਾਸਪੋਰਟ ਹੁੰਦਾ, ਕਹਿੰਦਾ ਪਿੱਛੇ ਤੁਸੀਂ ਦੂਜਾ ਵਿਖਾ ਰਹੇ ਸੀ, ਮੈਂ ਕਿਹਾ ਮੈਂ ਕਿਸੇ ਨੂੰ ਦੂਜਾ ਪਾਸਪੋਰਟ ਨਹੀਂ ਵਿਖਾਇਆ ਜਦੋਂ ਮੇਰੇ ਕੋਲ ਹੈਗਾ ਹੀ ਨਹੀਂ, ਤੇ ਕਹਿੰਦਾ ਤੁਸੀਂ ਪਹਿਲਾਂ ਕੁਵੈਟੋ ਗਏ ਸੀ, ਮੈਂ ਕਿਹਾ ਨਹੀਂ ਮੈਂ ਤੇ ਕਿਹਾ ਨੀ ਮੈਂ ਕਿ ਮੈਂ ਕਿਤੇ ਗਿਆ, ਮੈਂ ਕਿਹਾ ਮੈਂ ਤੇ ਕਦੀ ਇੰਡੀਆ ਤੋਂ ਬਾਹਰ ਨਹੀਂ ਗਿਆ, ਤੇ ਉਹ ਨਾ ਮਤਲਬ ਲਾਸਟ ਤੇ ਮੈਂ ਉਹਨੂੰ ਇਹ ਕਿਹਾ ਜਦੋਂ ਮੈਨੂੰ ਲੱਗਾ ਵੀ ਉਹ ਜ਼ਿਆਦਾ ਹੀ ਓਵਰ, ਮੈਂ ਕਿਹਾ ਤੁਸੀਂ ਆਪਣੀ ਜੋਬ ਕਰ ਰਹੇ ਹੋ, ਤੁਸੀਂ ਮੈਨੂੰ ਕਨਫਿਊਜ਼ ਕਰਕੇ ਤੁਸੀਂ ਮੇਰੇ ਕੋਲ ਕੁਛ ਪੁੱਛਣਾ ਚਾਹੁੰਦੇ ਹੋ, ਤੇ ਜਦਕਿ ਮੇਰੇ ਕੋਲ ਤੁਹਾਡੇ ਲਈ ਦੱਸਣ ਵਾਲਾ ਕੁਛ ਹੈ ਹੀ ਨਹੀਂ, ਮੈਨੂੰ ਕਨਫਿਊਜ਼ ਨਾ ਕਰੋ, ਹਾਂ ਤੁਸੀਂ ਜੋਬ ਕਰ ਰਹੇ ਹੋ, ਤੁਹਾਡੀ ਵਧੀਆ ਜੋਬ ਹੈ, ਤੇ ਉਹ ਹੱਸ ਮਤਲਬ ਖੁਸ਼ ਹੋ ਗਿਆ, ਉਹਨੂੰ ਲੱਗਾ ਕਿ ਇਹ ਮੈਨੇ ਮੇਰੇ ਜਾਲ 'ਚ ਨਹੀਂ ਫਸਣਾ, ਤੇ ਜਿਹੜੇ ਮੇਰੇ ਤੋਂ ਪਿੱਛੇ ਸੀ ਨਾ ਉਹਨਾਂ ਕੋਲ ਵਿਜ਼ਟਰ ਵੀਜ਼ਾ ਸੀ, ਉਹਦੀ ਜਿਹੜੀ 2 ਜਣੇ ਸੀ ਕਪਲ ਸੀ, ਉਹਦੀ ਵਾਈਫ ਦੇ ਨਾ ਹੱਥ, ਜਦੋਂ ਉਹਨੇ ਪੁੱਛਿਆ ਉਹਦੇ ਹੱਥ ਕੰਬਣ ਲੱਗ ਗਏ, ਜਦੋਂ ਉਹਨੇ ਮੈਂ ਉਹਦੇ ਹੱਥਾਂ ਵੱਲ ਦੇਖਿਆ, ਜਦੋਂ ਉਹਨੇ ਵੇਖਿਆ ਕਿ ਇਹਦੇ ਹੱਥ ਕੰਬਣ ਲੱਗ ਗਏ, ਉਹਨਾਂ ਦੋਵਾਂ ਨੂੰ ਬਾਹਰ ਲੈ ਗਿਆ, ਉਹਨਾਂ ਕੋਲ 15 to 20 ਮਿੰਟ ਉਹਨੇ ਪੂਰਾ ਮਤਲਬ ਇਨਕੁਆਇਰੀ ਕੀਤੀ ਉਹਨਾਂ ਦੀ, ਉਹਨਾਂ ਦੇ ਹਰ ਡਾਕੂਮੈਂਟ ਵੇਖਿਆ, ਸਭ ਕੁਛ ਵੇਖਿਆ, ਤੇ ਫਿਰ ਉਹਨਾਂ ਨੂੰ ਮਤਲਬ ਉਹਨਾਂ ਨੇ ਆਉਣ ਦਿੱਤਾ, ਮਤਲਬ ਜੇ ਆਪਾਂ ਡਰ ਜਾਂਦੇ ਹਾਂ ਨਾ ਤੇ ਉਹ ਵੀ ਉਹਨਾਂ ਨੂੰ ਵੀ ਆਪਣਾ ਨਾ ਓਵਰ ਸਮਾਰਟ ਬੰਦਾ ਥੋੜਾ ਮੌਕਾ ਮਿਲ ਜਾਂਦਾ, ਉਹ ਵੀ ਆਪਣਾ ਅਫਸਰੀ ਜਿਹੜੀ ਹੈ ਨਾ ਜਿਹੜੀ ਇੱਧਰ ਨਹੀਂ ਉੱਧਰ ਆਪਣੇ ਇੰਡੀਆ 'ਚ ਅਫਸਰੀ ਝਾੜਨ ਦੀ ਬੜੀ ਹੁੰਦੀ ਹੈ, ਅਸੀਂ ਅਫਸਰ ਹਾਂ। ਉਹ ਗੱਲ ਇਸ ਤਰ੍ਹਾਂ ਗੱਲ ਇਸ ਤਰ੍ਹਾਂ ਹੈ ਕਿ ਜਿਹੜੇ ਦਿੱਲੀ ਏਅਰਪੋਰਟ ਨਾ, ਮੇਰੇ ਖਿਆਲ ਹੈ ਕਿ ਮੇਰਾ ਅੰਦਾਜ਼ਾ ਇਸ ਤਰ੍ਹਾਂ ਹੈ ਕਿ ਉੱਥੇ ਸਪੈਸ਼ਲੀ ਜਿਹੜੇ ਲੋਕ ਪਹਿਲੀ ਵਾਰ ਸਫ਼ਰ ਕਰ ਰਹੇ ਹੈ, ਟਰੈਵਲ ਕਰ ਰਹੇ ਹੈ, ਜਿਹੜੇ ਪੰਜਾਬ ਤੋਂ ਆ ਰਹੇ ਹੈ ਪਹਿਲੀ ਵਾਰ ਵੀਜ਼ਾ ਲੱਗਿਆ, ਅਤੇ ਉਹ ਜਿਹੜੇ ਕਈ ਉੱਥੇ ਅਫਸਰ ਹੈ ਜਾਂ ਏਜੰਟ ਹੈ ਜਾਂ ਕੋਈ ਜਸੂਸ ਹੈ ਜਾਂ ਕੋਈ ਤਰ੍ਹਾਂ ਤਰ੍ਹਾਂ ਦੇ ਅਨਔਥੋਰਾਈਜ਼ ਲੋਕ ਨੇ, ਉਹ ਵੀ ਟਰੈਪ ਕਰਨ ਦੀ ਕੋਸ਼ਿਸ਼ ਕਰਦੇ ਹੈ ਕਿ ਵੀ ਅਗਲੇ ਨੂੰ ਕਨਫਿਊਜ਼ ਕਰਕੇ, ਪ੍ਰੈਸ਼ਰ ਕਰਕੇ ਇਹ ਤੋਂ ਪੈਸੇ ਕਢਵਾਏ ਜਾਈ ਕੁਛ, ਜਾਂ ਵੀ ਤੇਰਾ ਕੰਮ ਨਹੀਂ ਹੋਣਾ ਵੀ ਤੂੰ ਚੱਲ 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 ਕਰ ਦਿਆਂਗੇ, ਤੂੰ ਕੁਛ ਦੇ, ਕੁਛ ਨਾ ਕੁਛ ਕਮਾਈ ਕਰਨ ਦਾ ਕੁਝ ਇੰਨਾ ਉਹਨੂੰ ਸਾਧਨ ਬਣਾਇਆ ਸ਼ਾਇਦ, ਇਟਸ ਇਜ਼ ਵੈਰੀ ਪੋਸੀਬਲ ਕਿ ਇਹ ਗੱਲ ਹੋ, ਪਰ ਚਲੋ ਕੋਈ ਗੱਲ ਨਹੀਂ, ਜੋ ਕੁਛ ਹੈ ਸਭ ਠੀਕ ਹੈ, ਹੁਣ ਤਾਂ ਤੁਸੀਂ ਆ ਗਏ ਹੋ ਅਤੇ
ਕਰੋ ਫਿਰ ਹੁਣ ਤੇ ਆਈ ਅਪਰੀਸ਼ੀਏਟ ਯੋਰ ਕਾਲਿੰਗ ਐਂਡ ਥੈਂਕ ਯੂ ਵੈਰੀ ਮੱਚ ਸਟੇ ਇਨ ਟੱਚ ਸਰ ਮੈਂ ਤੁਹਾਨੂੰ ਇੱਕ ਇੱਕ ਮਤਲਬ ਤੁਹਾਡੇ ਕੋਲ ਤੁਹਾਨੂੰ ਕੁਐਸਚਨ ਹੀ ਕਰਨਾ ਸਰ, ਜਿਹੜੇ ਅੱਜ ਹਾਂਜੀ ਨਾ ਇੱਥੇ ਮੈਨੂੰ ਮਤਲਬ ਮੈਨੂੰ ਇੰਟਰਸਟ ਹੈ ਇਸ ਚੀਜ਼ ਦੇ ਵਿੱਚ ਜਿਹੜਾ ਮਤਲਬ ਇਮੀਗ੍ਰੇਸ਼ਨ ਦਾ ਕੰਮ ਹੈ, ਤੇ ਮੈਂ ਮਤਲਬ ਬੜਿਆਂ ਦੀ ਇੱਥੇ ਹੈਲਪ ਵੀ ਕਰਦਾ। ਇੱਕ ਨਾ ਹੁਣ ਇੱਥੇ ਰਿਫਿਊਜ਼ਲਸ ਬਹੁਤ ਆ ਰਹੀਆਂ ਵਾ 179B ਕਿ ਤੁਸੀਂ ਕੈਨੇਡਾ ਲੀਵ ਨਹੀਂ ਕਰੋਗੇ। ਇੱਕ 3 ਸਾਲ ਦੇ ਬੱਚੇ ਦੀ ਵੀ, ਹਾਂਜੀ 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 ਇਹ ਉਹ 3 ਸਾਲ ਦੇ ਜਦੋਂ ਬੱਚੇ ਦੀ ਮਾਂ ਇੱਥੇ ਆ ਤੇ ਉਹ 3 ਸਾਲ ਦੇ ਬੱਚੇ ਨੂੰ ਵੀ ਇਹ ਰੀਜ਼ਨ ਦੇ ਸਕਦੇ ਆ ਕਿ ਤੂੰ ਜਿਹੜਾ ਉਹ ਕੈਨੇਡਾ ਲੀਵ ਨਹੀਂ ਕਰੇਗਾ। ਆਈ ਨੋ ਕੁਝ ਵੀ ਦੇ ਸਕਦੇ ਆ, ਗੱਲ ਕੁਝ ਹੋਰ ਹੁੰਦੀ ਹੈ। ਕਈ ਕਈ ਵਾਰ ਸਰ ਵੀਜ਼ਾ ਉਹਦੇ ਆਫਿਸ ਚ ਨਾਲ ਉਹਨਾਂ ਫੰਡਸ ਦਾ ਦੱਸਿਆ, ਉਹਨਾਂ ਨੇ ਫਾਈਨੈਂਸ਼ੀਅਲ ਸਟੇਟਸ ਦੀ ਗੱਲ ਵੀ ਕੀਤੀ। ਕਈ ਵਾਰ ਵੀਜ਼ਾ ਅਫਸਰ ਜਿਹੜੇ ਨਾ ਨੋਰਮਲੀ, ਆਈ ਮੀਨ ਆਈ ਮੇਡ ਸਮ ਵੀਡੀਓਸ ਅਰਲੀ ਔਨ ਦਿਸ, ਕਿ ਦਿੱਲੀ ਹਾਈ ਕਮਿਸ਼ਨ ਜਾਂ ਜਿਹੜੇ ਦਿੱਲੀ ਫਿਲੀਪੀਨਸ ਚਾਈਨਾ ਵਾਲੇ, ਇਹ ਇੰਨੇ ਜ਼ਿਆਦਾ ਕਰਾਊਡਡ ਇੱਥੇ ਐਪਲੀਕੇਸ਼ਨ, ਇੰਨੇ ਜ਼ਿਆਦਾ ਇੰਨਾ ਜ਼ਿਆਦਾ ਐਪਲੀਕੇਸ਼ਨ ਦਾ ਇੱਕ ਸਿਸਟਮ ਚੱਲ ਰਿਹਾ ਕਿ ਦੇ ਡੋਂਟ ਹੈਵ ਮੱਚ ਟਾਈਮ ਟੂ ਐਨਾਲਾਈਜ਼ ਇਟ ਪ੍ਰੋਪਰਲੀ। ਕਈ ਵਾਰ ਕੋਈ ਆਫਿਸਰ ਛੋਟੇ ਹੈ, ਕੋਈ ਵੱਡੇ ਹੈ, ਕੋਈ ਕੁਛ ਹੈ, ਜਿਹਨਾਂ ਕੋਲ ਟਾਈਮ ਨਹੀਂ ਹੈ ਕੁਛ ਹੈ, ਅਤੇ ਉਹ ਛੇਤੀ ਛੇਤੀ ਲਗਾਈ ਜਾਂਦੇ ਨੇ ਐਪਲੀਕੇਸ਼ਨਾਂ ਨੂੰ, ਅਤੇ ਜੋ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਇਹ ਟਿੱਕ ਕਰਦੀ ਹੈ, ਨੈਸ ਆਫ ਦੇ ਟੂ, ਸਮਟਾਈਮਸ ਦੇ ਆਰ ਵੈਲਿਡ, ਸਮਟਾਈਮਸ ਦੇ ਆਰ ਨੋਟ ਵੈਲਿਡ। ਅੱਜ ਮੇਰੇ ਕੋਲ ਇੱਕ ਸਵੇਰੇ ਕੋਈ ਕਾਲ ਕਰ ਰਹੇ ਸੀ ਇੱਥੋਂ ਫਰੋਮ ਮੈਰੀਟਾਈਮਸ, ਉਹ ਅਤੇ ਉਹਨਾਂ ਕੋਲ ਪ੍ਰੋਵਿੰਸ਼ੀਅਲ ਨੋਮਿਨੀ ਵੀ ਆ ਗਈ ਹੈ, ਲੇਕਿਨ ਫਿਰ ਵੀ ਕੈਨੇਡੀਅਨ ਕੌਂਸਲੇਟ ਬਾਹਰ ਨਿਊਜ਼ੀਲੈਂਡ ਦੇ ਰਹਿਣ ਵਾਲੇ ਨੇ, ਹਾਂਗਕਾਂਗ ਤੋਂ ਉਹਨਾਂ ਨੇ ਉਹ ਫਾਈਲ ਉੱਤੇ ਅਪਰੂਵ ਆਏ ਸੀ, ਉਹਨਾਂ ਨੇ ਰਿਫਿਊਜ਼ ਕਰਤਾ ਕਿ ਵੀ ਤੁਹਾਡੀ ਜੋਬ ਸਕਿੱਲ ਨਹੀਂ ਹੈ। ਜਦਕਿ ਮੈਂ ਅੱਜ ਮੈਨੂੰ ਉਹਨਾਂ ਨੇ ਪੁੱਛਿਆ ਕਿ ਵੀ ਕੀ ਕਰੇ, ਮੈਂ ਉਹਨਾਂ ਨੂੰ ਕਿਹਾ ਕਿ ਵੀ ਵੀਜ਼ਾ ਆਫਿਸਰ ਇਜ਼ ਰੋਂਗ, ਇਸ ਚੀਜ਼ ਨੂੰ ਚੈਲੇਂਜ ਕਰਨਾ ਚਾਹੀਦਾ ਹੈ ਤੁਸੀਂ ਉਹਨਾਂ ਨੂੰ। ਮੈਂ ਉਹਨਾਂ ਨੂੰ ਲਿਖ ਕੇ ਦੱਸਿਆ ਕਿ ਵੀ ਆਹ ਦੇਖੋ ਇਹ ਪੋਲਿਸੀ ਹੈ, ਇਹ ਰੈਗੂਲਰ ਨੰਬਰ, ਇਹ ਸੈਕਸ਼ਨ ਨੰਬਰ ਹੈ, ਤੁਸੀਂ ਸੈਕਸ਼ਨ ਨੰਬਰ ਉਹਨਾਂ ਨੂੰ ਦੱਸੋਗੇ ਤੁਸੀਂ ਗਲਤੀ ਕੀਤੀ ਹੈ ਅਤੇ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ। ਸੋ ਇਸ ਕਰਕੇ ਤੁਸੀਂ ਇਹ ਨਾ ਸਮਝੋ ਕਿ ਵੀਜ਼ਾ ਆਫਿਸਰ ਗਲਤੀ ਨਹੀਂ ਕਰਦੇ, ਵੀਜ਼ਾ ਆਫਿਸਰ ਵੀ ਗਲਤੀ ਕਰਦੇ ਹੈ। ਠੀਕ ਹੈ ਸਰ, ਥੈਂਕ ਯੂ। Thank you very much. Thank you very much. Stay in touch. I will look forward to see you in Edmonton sometimes. Yeah, mera kite Vancouver da geda lagega. Main Surrey aan to hamesha darda actually Surrey. Par agar je mera lagega Vancouver, then I will look you up and then we will meet. Theek hai sir, zarur aayo sadde kol. All right. Thank you. Mulaqat jad honi ve tainu gal vakdi ve put